ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਹਿਣਾ ਤੇ ਸਾਡੇ ਦੋਵਾਂ ਦੇ ਨਾਲ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹੋਏ ਅੱਜ ਫੇਰ ਤੋਂ ਹਾਜ਼ਰ ਨੇ ਕਰਤਾਰ ਰਮਲਾ ਜੀ ਤੇ ਨਾਲ ਨਵਜੋਤ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਬਹੁਤ ਚੰਗਾ ਲੱਗਾ ਜੀ ਕੱਲ ਸੁਣ ਕੇ। ਬਹੁਤ ਆਨੰਦ ਆਇਆ। ਕਈ ਗੱਲਾਂ ਨਵੀਆਂ ਵੀ ਸਿੱਖੀਆਂ, ਸੁਣੀਆਂ ਜੀ। ਕਈਆਂ ਦੇ ਨਾਲ ਮੈਂ ਸਹਿਮਤ ਵੀ ਹੋਇਆ, ਕਈਆਂ ਦੇ ਪ੍ਰਤੀ ਮੇਰੇ ਮਨ ਚ ਸਵਾਲ ਵੀ ਰਹੇ ਜੀ। ਤੇ ਅੱਜ ਨਾ ਆਪਾਂ ਇਹਨਾਂ ਦੀ ਗਾਇਕੀ ਦਾ ਇੱਕ ਹੋਰ ਰੂਪ ਵੀ ਦੇਖਣਾ, ਕਿਉਂਕਿ ਇਹ ਉਹ ਰੂਪ ਸੀ ਜਿਹੜਾ ਇਹਨਾਂ ਨੇ ਤਵਿਆਂ ਵਾਲੇ ਦੌਰ ਦੇ ਵਿੱਚ ਪੇਸ਼ ਕੀਤਾ ਜੀ। ਤਵਿਆਂ ਵਾਲਾ ਦੌਰ ਸੀ ਜਦੋਂ ਉਦੋਂ ਈਪੀ ਰਿਕਾਰਡ ਹੁੰਦੇ ਸੀ, ਐਲਪੀ ਰਿਕਾਰਡ ਹੁੰਦੇ ਸੀ। ਅਸਲ ਦੇ ਵਿੱਚ ਜਿਹੜੀ ਗਾਇਕੀ ਹੈ ਨਾ, ਉਹ ਕੁਛ ਕੁਛ ਵਰਿਆਂ ਬਾਅਦ ਕਈ ਤਰ੍ਹਾਂ ਦੇ ਮੋੜ ਕੱਟ ਗਈ। ਬਿਲਕੁਲ, ਇੱਕ ਵੇਲਾ ਸੀ ਪੱਥਰ ਦੇ ਤਵੇ ਹੁੰਦੇ ਸੀ ਜੀ, ਇੱਕ ਵੇਲਾ ਸੀ ਪਲਾਸਟਿਕ ਦੇ ਤਵੇ ਹੁੰਦੇ ਸੀ, ਕੈਸੇਟ ਆ ਗਈ, ਸੀਡੀ ਬਣ ਗਈ, ਪੈਨ ਡਰਾਈਵ ਆ ਗਈ, ਯੂਟਿਊਬ ਬਣ ਗਈ, ਆਈਟਿਊਨ ਬਣ ਗਿਆ, ਬੜਾ ਕੁਛ ਹੋਰ ਆਇਆ ਜਿਹੜਾ ਮੈਨੂੰ ਵੀ ਨਹੀਂ ਪਤਾ। ਸੋ ਅੱਜ ਕਰਤਾਰ ਰਮਲਾ ਹੋਰਾਂ ਨੂੰ ਪੁੱਛਾਂਗੇ ਬਈ ਤੁਸੀਂ ਬਹੁ ਗਿਣਤੀ ਗੀਤ ਆ ਜਿਹੜੇ ਉਹ ਟਰੱਕ ਡਰਾਈਵਰ ਭਾਈਚਾਰੇ ਦੀ ਪਸੰਦ ਵਾਲੇ ਗਾਏ। ਬਿਲਕੁਲ ਬਿਲਕੁਲ ਗਾਏ ਨੇ, ਠੀਕ ਹੈ ਨਾ, ਵੱਡੀ ਗਿਣਤੀ ਦੇ ਵਿੱਚ ਉਹ ਸਰੋਤੇ ਸੁਣਦੇ ਆ। ਇਸ ਤੋਂ ਇਲਾਵਾ ਸੁਣਾਂਗੇ ਕਿ ਇਹਨਾਂ ਨੇ ਪਿੱਛੇ ਜੇ ਨਾ ਇੱਕ ਪ੍ਰਵਾਸੀ ਮਜ਼ਦੂਰਾਂ ਬਾਰੇ ਗੀਤ ਗਾਇਆ ਸੀ। ਅੱਛਾ ਜੀ। ਹਾਂ, ਉਹ ਕਿਸ ਤਰੀਕੇ ਨਾਲ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆਉਂਦੇ ਆ, ਕਿਵੇਂ ਉਹ ਇੱਥੇ ਆ ਕੇ ਸਾਡੇ ਖੇਤਾਂ ਦੇ ਵਿੱਚ ਕੰਮ ਕਰਦੇ ਆ, ਤੇ ਕਈ ਵਾਰ ਕਿਵੇਂ ਕਿਵੇਂ ਕਿੱਥੇ ਕਿੱਥੇ ਹੱਥ ਸਾਫ ਕਰ ਜਾਂਦੇ ਆ। ਅੱਛਾ ਜੀ। ਇਹਦੇ ਬਾਬਤ ਇੱਕ ਇਹਨਾਂ ਦਾ ਮੈਂ ਪਿੱਛੇ ਜੇ ਗਾਣਾ ਸੁਣਿਆ ਸੀ ਸਾਧਾਂ ਬਾਰੇ। ਬੂਬਣੇ ਸਾਧ ਤਾਂ ਵੈਸੇ ਵੀ ਪੰਜਾਬ ਚ ਬਥੇਰੇ ਹੋ ਗਏ ਆ, ਉਹਨਾਂ ਦੇ ਉੱਤੇ ਕਟਾਕਸ਼ ਕਰਦਾ ਗੀ ਸੀ। ਰਮਲਾ ਸਾਹਿਬ ਜੀ ਸਰ ਤੇ ਬੀਬਾ ਜੀ, ਤੁਹਾਡਾ ਇੱਕ ਵਾਰ ਫੇਰ ਸਵਾਗਤ ਆ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਡੀ ਟੀਮ ਨੂੰ ਔਰ ਸਾਰੇ ਜਿੰਨੇ ਵੀ ਆਪਣੇ ਦਰਸ਼ਕ ਜਾਂ ਸਰੋਤੀ, ਥਿੰਦ ਬੇਟਾ ਜੀ, ਤੁਸੀਂ ਟਹਿਣਾ ਸਾਹਿਬ, ਸਾਰਿਆਂ ਨੂੰ ਆਪਣੀ ਟੀਮ ਨੂੰ ਹੀ ਸਾਡੇ ਵੱਲੋਂ ਕੋਟ ਕੋਟ ਵਧਾਈ। ਇੱਕ ਰਮਲਾ ਸਾਹਿਬ, ਮੈਂ ਕੱਲ੍ਹ ਸਵਾਲ ਪੁੱਛ ਨਹੀਂ ਸਕਿਆ ਪਰ ਮੇਰੇ ਦਿਮਾਗ ਦੇ ਵਿੱਚ ਜ਼ਰੂਰ ਆਉਂਦਾ ਵੀ ਜਿਵੇਂ ਸਦੀਕ ਸਾਹਿਬ ਨੇ ਜੀ ਜੀ ਰਣਜੀਤ ਕੌਰ ਹੋਰਾਂ ਦੇ ਨਾਲ 35-38 ਵਰੇ ਗਾਇਆ, ਹਾਂਜੀ, ਇੱਕ ਜੋੜੀ ਦਾ ਬਣ ਗਿਆ ਵੀ ਇਹ ਦੋਨੋਂ ਇਕੱਠੇ ਗਾਉਂਦੇ ਰਹੇ, ਹਾਂਜੀ, ਇਹ ਗੱਲ ਤੁਹਾਡੇ ਹਿੱਸੇ ਕਿਉਂ ਨਹੀਂ ਆਈ? ਕਦੇ ਤੁਸੀਂ ਬੀਬਾ ਪਰਮਜੀਤ ਕੌਰ ਨਾਲ ਗਾਇਆ, ਸੁਖਵੰਤ ਕੌਰ ਸੁੱਖੀ ਨਾਲ ਗਾਇਆ, ਕਦੇ ਕਿਸੇ ਨਾਲ, ਕਦੇ ਕਿਸੇ ਨਾਲ, ਤੁਹਾਡਾ ਜਿਹੜਾ ਜੋੜੀਦਾਰ ਆ ਜਿਹੜਾ ਉਹ ਹਮੇਸ਼ਾ ਕੁਝ ਕੁ ਵਰਿਆਂ ਬਾਅਦ ਖਿੰਡ ਕਿਉਂ ਜਾਂਦਾ ਸੀ? ਦਰਅਸਲ ਜੀ, ਇਹਦੇ ਵਿੱਚ ਕੋਈ ਨਾ ਤਾਂ ਮੈਂ ਇਹ ਕਹਿ ਸਕਦਾ ਵੀ ਕੋਈ ਕਮੀ ਸੀ, ਇਹਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਵਿੱਚ ਬਿਲਕੁਲ ਸੱਚਾਈ ਬੋਲਣ ਵਾਲੀ ਹੈ। ਉਹ ਮੈਂ ਕਿਸੇ ਵੀ ਮਤਲਬ ਸਿੰਗਰ ਨੂੰ ਆਪ ਨਹੀਂ ਛੱਡਿਆ। ਅੱਛਾ। ਇਹ ਖੁਦ ਛੱਡ ਕੇ ਜਾਂਦੇ ਰਹੇ। ਅੱਛਾ। ਕਾਰਨ ਇਹ ਬਹੁਤ ਸਾਰੀਆਂ ਕੁੜੀਆਂ ਨਾਲ ਜਦੋਂ ਗਾਇਆ ਹੈ, ਅਤੇ ਉਹ ਕਾਰਨ ਹੀ ਸੀ ਜਦੋਂ ਇਹ ਹਿੱਟ ਹੋ ਕੇ ਫਾਈਨੈਂਸ਼ੀਅਲੀ ਤਗੜੀਆਂ ਕਾਰਾਂ ਕੋਠੀਆਂ ਦੀਆਂ ਮਾਲਕਾਂ ਬਣੀਆਂ, ਉਦੋਂ ਇਹਨਾਂ ਦੀ ਸੋਚ ਜਿਹੜੀ ਸੀ ਨਾ ਉਦੋਂ ਹੋਰ ਅਪ ਹੋ ਗਈ। ਅੱਛਾ। ਇਹ ਹੋ ਜਾਂਦੀ ਸੀ ਵੀ ਹੁਣ ਸਰਦਾਰ ਫਲਾਣੇ ਨਾਲ ਮੇਰੇ ਲਿੰਕ ਹੋਣੇ ਚਾਹੀਦੇ ਆ, ਮੈਂ ਇਸ ਤਰ੍ਹਾਂ ਐਂ ਕਰ ਲਾਂ, ਮੈਂ ਆਹ ਬਣਾ ਲਾਂ, ਮੈਂ ਆਹ ਬਣਾ ਲਾਂ, ਉਹ ਫਲਾਣਾ ਸਰਦਾਰ ਬੜਾ ਚੋਟੀ ਦਾ। ਜਦੋਂ ਇਹੋ ਜਿਹੀ ਸੋਚ ਸੀ ਨਾ ਉਦੋਂ ਮੈਨੂੰ ਹਾਰ ਕੇ ਚੁੱਪ ਕਰਕੇ ਬਹਿਣਾ ਪੈ ਜਾਂਦਾ ਸੀ। ਅੱਛਾ। ਵੀ ਮੈਂ ਇਸ ਨਾਲ ਸਹਿਮਤ ਨਹੀਂ ਸੀ ਹੁੰਦਾ, ਕਿਉਂਕਿ ਮੈਂ ਅੱਜ ਤਾਈਂ ਵੀ ਜਦੋਂ ਗਾਇਆ ਰੜਕ ਨਾਲ ਤੇ ਅਣਖ ਨਾਲ ਗਾਇਆ। ਇੱਕ ਗੱਲ ਹੋਰ, ਜੇ ਇਹ ਛੱਡ ਵੀ ਜਾਂਦੇ ਸੀ ਲੋਕ ਤੇ ਮੈਂ ਉਹ ਅਥਲੀਟ ਕਾਮਯਾਬ ਨਹੀਂ ਹੁੰਦਾ ਜਿਹੜਾ ਅਥਲੀਟ ਜਦੋਂ ਰੇਸ ਲਾ ਰਿਹਾ ਤੇ ਜਿਹੜੇ ਪਿੱਛੇ ਚੱਕ ਕੇ ਨਾ ਉਹਨਾਂ ਜਿਹੜੇ ਮਗਰਲੇ ਉਹਨਾਂ ਤੌਣ ਤੇ ਚੜ ਜਾਂਦੇ। ਅਸੀਂ ਉਹ ਅਥਲੀਟਾਂ ਜਿਹੜੇ ਕਿ ਮੈਂ ਪਹਿਲਾਂ ਵੀ ਬਿਆਨ ਚ ਕੀਤਾ ਵੀ ਅਸੀਂ ਉਹ ਅਥਲੀਟਾਂ ਜਿਹੜੇ ਕੰਡਿਆਂ ਵਾਲੇ ਟਰੈਕ ਤੇ ਨੰਗੇ ਪੈਰੀ ਭੱਜੇ ਹੋਏ ਹਾਂ, ਸਮਝੀ ਗੱਲ ਜੀ, ਪਰ ਅਸੀਂ ਜਦੋਂ ਭੱਜੇ ਫਿਰ ਉਦੋਂ ਪਿੱਛੇ ਪੌਂਕੇ ਨਹੀਂ ਚੱਕਿਆ ਜੇ ਕੋਈ ਆਉਂਦਾ ਹੈ ਕਿ ਨਹੀਂ ਆਉਂਦਾ। ਜਦੋਂ ਮੈਨੂੰ ਛੱਡ ਹੀ ਗਿਆ ਇੱਕ ਬੰਦਾ, ਮੈਨੂੰ ਕਹਿ ਰਿਹਾ ਵੀ ਮੈਂ ਤੇਰੇ ਨਾਲ ਕੰਮ ਨਹੀਂ ਕਰਨਾ, ਮੈਂ ਰਹਿਣਾ ਨਹੀਂ ਚਾਹੁੰਦਾ, ਤੇ ਮੈਂ ਉਹਦੀਆਂ ਮਿੰਨਤਾਂ ਕਰੀ ਜਾਵਾਂ ਫਿੱਟੇ ਮੈਂ ਮੇਰੀ ਅਣਖ ਦੇ, ਠੀਕ ਹੈ, ਫਿਰ ਮੇਰੀ ਜ਼ਮੀਰ ਤਾਂ ਨਾ ਜਿੰਦਾ ਰਹੀ ਜੀ, ਮੈਂ ਤਾਂ ਹੱਥ ਹੀ ਜੁੜਨ ਦੇ ਚੰਗਾ ਜਾਓ ਜੀ। ਉਦੋਂ ਫਿਰ ਆਪਣੀ ਮਿਹਨਤ ਅਫਸੋਸ ਜਿਹਾ ਨਹੀਂ ਹੁੰਦਾ ਕਿ ਜੇਕਰ ਫਲਾਣੀ ਬੀਬੀ ਨਾਲ ਜਿਹਦੇ ਨਾਲ ਗਾਇਆ ਇੰਨੇ ਵਰੇ ਇੰਨੇ ਰਿਕਾਰਡ ਆਏ, ਜੇਕਰ ਉਹਦੇ ਨਾਲ ਹੀ ਗਰੁੱਪ ਬਣਿਆ ਰਹਿੰਦਾ, ਸੈੱਟ ਬਣਿਆ ਰਹਿੰਦਾ, ਇਕੱਠੇ ਗਾਉਂਦੇ ਤਾਂ ਹੁਣ ਨੂੰ ਹੋਰ ਵਧੀਆ ਕਮਾਲ ਹੁੰਦਾ। ਨਹੀਂ, ਗੱਲ ਤਾਂ ਇਹ ਸੀ ਵੀ ਉਹ ਮੇਰੇ ਵੱਲੋਂ ਜੇ ਇਕੱਲਾ ਹੀ ਸੋਚੀ ਜਾਂਦਾ ਤਾਂ ਕੀ ਬਣਦਾ, ਇਕੱਲੀ ਤਾਂ ਕੋਈ ਚੀਜ਼ ਨਹੀਂ ਹਾਸਲ ਹੁੰਦੀ, ਠੀਕ ਹੈ, ਦੋਵਾਂ ਥਾਂ ਦਾ ਤਾੜੀ ਵੱਜਦੇ, ਇਕੱਲੇ ਨੂੰ ਤਾਂ ਵੱਜਦੀ ਹੀ ਨਹੀਂ, ਇਕੱਲੇ ਨਾਲ ਮਾਰਨੀ ਉਹਦੇ ਮੂੰਹ ਦੇ ਚਪੇੜ ਹੀ ਆਉਂਦੀ ਇਕੱਲੀ। ਕਹਿਣ ਦਾ ਮਕਸਦ ਦਿੰਦਾ ਹੈ ਵੀ ਜੋ ਵੀ ਹੋਇਆ ਨਾ ਉਹ ਇਸ ਕਰਕੇ ਫਿਰ ਸਹਿਮਤੀ ਪ੍ਰਗਟਾਉਣੀ ਮੇਰੇ ਵਾਸਤੇ ਬਹੁਤ ਜ਼ਮੀਰ ਦੀ ਔਖੀ ਸੀ, ਕਿਉਂਕਿ ਜਿਹੜਾ ਬੰਦੇ ਨੇ ਸੋਚ ਹੀ ਬਦਲ ਲਈ ਵੀ ਮੈਂ ਇੱਦਾਂ ਦੇ, ਉਹਨੇ ਉਹਦੀ ਸੋਚ ਹੀ ਮੇਰੇ ਨਾਲ ਵੱਖ ਹੋ ਗਈ, ਫਿਰ ਮੈਨੂੰ ਉਹਦੀ ਸੋਚ ਨਾਲ ਤੁਰਨਾ ਬਹੁਤ ਔਖਾ ਸੀ। ਉਹ ਤਾਂ ਦੁਕਾਨਾਂ ਗਾਇਕਾਂ ਦੇ ਲਈ ਇਹ ਚੁਣੌਤੀ ਤਾਂ ਹੁੰਦੀ ਆ ਕਿ ਤੁਸੀਂ ਇਕੱਠੇ ਰਹਿਣਾ
ਜਦੋਂ ਤੱਕ ਤੁਹਾਡੀ ਤਿਆਰੀ ਹੁੰਦੀ ਆ, ਦਰਸ਼ਕ ਤੁਹਾਨੂੰ ਸਰੋਤੇ ਪਸੰਦ ਕਰਦੇ ਆ, ਉਦੋਂ ਨੂੰ ਕਿਸੇ ਕਾਰਨ ਕਰਕੇ ਅੱਡ ਹੋ ਜਾਣਾ, ਫਿਰ ਇੱਕ ਨਵੇਂ ਨੂੰ ਨਾਲ ਜੋੜਨਾ, ਫਿਰ ਉਹਦੀ ਤਿਆਰੀ ਕਰਾਉਣੀ, ਫਿਰ ਉਹਨੇ ਅੱਡ ਹੋ ਜਾਣਾ, ਇਹ ਚੁਣੌਤੀ ਦਰ ਚੁਣੌਤੀ ਤਾਂ ਹੈਗੀ, ਚੁਣੌਤੀ ਦਰ ਚੁਣੌਤੀ ਤਾਂ ਸੀ। ਪਰ ਇੱਕ ਗੱਲ ਉਹ ਸੀ ਵੀ ਸਭ ਤੋਂ ਵੱਡੀ ਫਿਰ ਵੀ ਮੈਂ ਇੱਕ ਤਾਂ ਦਿਲ ਨਹੀਂ ਛੱਡਿਆ, ਆਪਦਾ ਦਿਲ ਨੂੰ ਸੋਚ ਨੂੰ ਸਟਰੋਂਗ ਰੱਖਿਆ ਵੀ ਕੋਈ ਗੱਲ ਨਹੀਂ, ਫਿਰ ਜੇ ਛੱਡ ਕੇ ਚਲਾ ਗਿਆ ਤਾਂ ਉਹਨੂੰ ਗੇਟ 'ਚ ਬਹਿ ਕੇ ਰੋਣ ਨਾਲ ਮੇਰਾ ਹੱਲ ਥੋੜ੍ਹਾ ਹੋ ਜਾਣਾ। ਇਸ ਤੋਂ ਬਿਹਤਰ ਇਹ ਹੈ ਕਿ ਮੈਂ ਆਪਦਾ ਇਹ ਟਾਈਮ ਖਰਚ ਕਰਨ ਦੀ ਬਜਾਏ ਕਿ ਮੈਂ ਆਪਦੀ ਮਿਹਨਤ ਕਰਾਂ, ਮੈਂ ਕੋਈ ਹੋਰ ਆਰਟਿਸਟ ਦੀ ਤਲਾਸ਼ ਕਰਕੇ ਉਹਦੇ ਨਾਲ ਕਰਾਂ। ਅਤੇ ਫਿਰ ਆਵਾਜ਼ ਦੀ ਗੱਲ ਸੀ, ਜਿੱਥੋਂ ਤੱਕ ਮੈਂ ਜਿੰਨਾ ਚਿਰ ਮੇਰੀ ਆਵਾਜ਼ ਦੇ ਨਾਲ ਤਲਕ ਰੱਖਦੀ ਜਾਂ ਉਸ ਬੈਲੈਂਸ ਦੇ ਨਾਲ ਜਾਂ ਉਸ ਨਾਲ ਤਾਲਮੇਲ ਨਹੀਂ ਸੀ ਰਲਦਾ, ਮੈਂ ਨਜ਼ਰ ਗਾਉਂਦਾ ਨਹੀਂ ਸੀ। ਅੱਛਾ, ਇੱਕ ਦੂਸਰਾ ਵੀ ਜੋੜੀ ਜਿਹੜੀ ਆ ਉਹ ਚੰਗੀ ਆਰਟਿਸਟ ਹੋਵੇ, ਖੂਬਸੂਰਤ ਹੋਵੇ, ਜਿਹਨੂੰ ਲੋਕ ਵੀ ਪਸੰਦ ਕਰਦੇ ਹੋਣ, ਤਾਂ ਫਿਰ ਗਾਇਆ ਜਾਂਦਾ। ਇਸ ਕਰਕੇ ਮੇਰੀ ਤਲਾਸ਼ ਕਈ ਵਾਰ ਪਛੜ ਵੀ ਜਾਂਦਾ ਸੀ, ਦੋ ਤਿੰਨ ਸਾਲ ਨਿਕਲ ਜਾਂਦੇ ਸੀ, ਫਿਰ ਮੇਰੇ 'ਤੇ ਸਵਾਲ ਖੜਾ ਕਰ ਦਿੰਦੇ ਸੀ, ਠੀਕ ਹੈ। ਅਤੇ ਪਰ ਉਹ ਸਵਾਲ ਨੂੰ ਪੂਰਾ ਕਰਨ ਦੇ ਵਾਸਤੇ ਮੈਂ ਅੱਛੀ ਆਰਟਿਸਟ ਲੈ ਕੇ ਫਿਰ ਗਾਉਂਦਾ ਸੀ, ਨਹੀਂ ਤਾਂ ਉਹਨਾਂ 'ਚ ਚੁੱਪ ਕਰ ਲੈਂਦਾ। ਇਹ ਮੇਰੇ 'ਤੇ ਮੇਰੇ ਦਰਸ਼ਕਾਂ ਦਾ, ਮੇਰੇ ਸਰੋਤਿਆਂ ਦਾ, ਮੇਰੇ 'ਤੇ ਬਹੁਤ ਕਰਮ ਨਵਾਜ਼ੀ ਉਹਨਾਂ ਦੀ, ਔਰ ਬਹੁਤ ਸਿਰ 'ਤੇ ਹੱਥ ਰੱਖਿਆ ਉਹਨਾਂ ਨੇ ਕਿ ਮੇਰੇ 'ਤੇ ਪੂਰਾ ਗੋਲਡਨ ਵਿਸ਼ਵਾਸ ਆ ਉਹਨਾਂ ਨੂੰ ਵੀ ਕਰਤਾਰਾਂ ਵਾਲਾ ਮਾੜੀ ਕੁੜੀ ਨਾਲ ਕੰਮ ਨਹੀਂ ਕਰਦਾ। ਇਹ ਲੋਕਾਂ ਦੇ ਵਿੱਚ ਚਰਚਾ ਹੈ, ਉਹਨਾਂ ਨੂੰ ਪਤਾ ਹੈ ਵੀ ਇਹ ਖੂਬਸੂਰਤ ਆਰਟਿਸਟ ਨਾਲ ਗਾਊਗਾ, ਖੂਬਸੂਰਤੀ ਗਾਣਾ ਗਾਊਗਾ, ਬਸ ਆਹ ਗੱਲ ਹੈ। ਆਪਾਂ ਸੋਚਾ ਉਹਨਾਂ ਦੀ ਚੋਣ ਦੀ ਕੋਸ਼ਿਸ਼, ਜਿਵੇਂ ਹੁਣ ਜਿਹੜੀਆਂ ਜਿਹੜੀਆਂ ਬੀਬੀਆਂ ਤੁਹਾਡੇ ਨਾਲ ਗਾਉਂਦੀਆਂ ਰਹੀਆਂ ਜੀ ਜੀ, ਉਹ ਅਲੱਗ ਹੋ ਗਈਆਂ, ਉਹਨਾਂ ਦਾ ਗਾਇਕੀ ਦੇ ਵਿੱਚ ਹੁਣ ਕੋਈ ਨਾਂ ਥਾਂ ਹੈ ਕਿ ਨਹੀਂ? ਇਹ ਤਾਂ ਮੈਂ ਨਹੀਂ ਜੀ ਕਹਿ ਸਕਦਾ, ਸਰੋਤਿਆਂ ਨੂੰ ਵੀ ਪਤਾ ਵੀ ਕਿੱਥੇ ਨੇ ਉਹ। ਸਰੋਤਿਆਂ ਨੂੰ ਪਤਾ ਕਿ ਸਾਡੇ ਤੋਂ ਬਾਅਦ ਹਟਣ ਤੋਂ ਬਾਅਦ ਜਾਂ ਉਹਨਾਂ ਦੀ ਮਤਲਬ ਸੋਚ ਜੋ ਵੱਖ ਹੋਈ ਹੈ, ਹੁਣ ਉਹ ਆਪਦੀ ਸੋਚ ਨਾਲ ਹੀ ਮਤਲਬ ਸੋਚ ਸਕਦੇ ਹੈ। ਦਰਸ਼ਕਾਂ ਨੂੰ ਪਤਾ ਵੀ ਮੇਰੇ ਦਾ ਮੇਰੇ ਨਾਲ ਤਾਂ ਹੁਣ ਨਵਜੋਤ ਰਾਣੀ ਦਾ ਹੀ ਲੋਕਾਂ ਨੂੰ ਪਤਾ, ਦੂਜੀਆਂ ਦਾ ਤਾਂ ਪਤਾ ਹੀ ਨਹੀਂ ਵੀ ਕਿੱਥੇ ਹੈ ਅਤੇ ਕਿੱਥੇ ਨਹੀਂ। ਇਹਦੇ 'ਚ ਮੈਂ ਕੋਈ ਹੰਕਾਰੀ ਮੂਡ ਉਹਨਾਂ ਨਹੀਂ ਕਹਿੰਦਾ, ਇਹਦੇ ਨਾਲ ਕੋਈ ਨਹੀਂ, ਸਿਰਫ ਦਰਸ਼ਕਾਂ ਦੀ ਮਾੜੀ ਮੋਟੀ ਗਲਤੀ ਤਾਂ ਤੁਹਾਡੇ ਕੋਲੋਂ ਵੀ ਹੋਈ ਹੋਣੀ ਹੈ ਜਦੋਂ ਅੱਡ ਹੁੰਦੇ ਆ ਕਿ ਨਹੀਂ ਹੋਈ ਵੈਸੇ? ਮੈਂ ਸੁਭਾਵਕ ਜਾਂ ਦੇਖੋ ਜੀ, ਇਸ ਗੱਲ 'ਤੇ ਮੈਂ ਆਣ ਕੇ ਤੁਹਾਡੇ ਨਾਲ ਇੱਕ ਰਾਏ ਸਾਂਝੀ ਕਰਦਾ ਜੋ ਬਹੁਤ ਪਵਿੱਤਰ ਸੱਚ ਹੈ। ਮੈਂ ਗਰੀਬ ਘਰ 'ਚ ਉੱਠਿਆ, ਬਿਲਕੁਲ ਬਹੁਤ ਮਾੜੀ ਜਗ੍ਹਾ ਤੋਂ, ਦਿਹਾੜੀ ਮਿਹਨਤ ਕਰਕੇ ਮੇਰੇ ਬਾਪ ਨੇ ਘਰੋਂ ਕੱਢਿਆ ਵੀ ਜ਼ਿਆਦਾ ਵਾਹੀ ਕਰ, ਸਾਡੀ ਜ਼ਮੀਨ ਸੀ, ਜ਼ਿਆਦਾ ਵਾਹੀ ਕਰ, ਨਹੀਂ ਕਰੋ ਚਲੋ ਜ਼ਿਆਦਾ ਕਮਾ ਕੇ ਖਾ। ਮੈਨੂੰ ਜਾਣਾ ਪਿਆ, ਮੇਰਾ ਸ਼ੌਕ ਪੂਰਾ, ਮੇਰੀ ਵੀ ਲਾਲਸਾ ਸੀ, ਮੈਨੂੰ ਲੋਕ ਗਾਉਂਦੇ ਨੂੰ ਸੁਣਿਆ ਕਰਨ, ਮੇਰਾ ਅਖਾੜਾ ਲੱਗੇ, ਲੋਕ ਹੁਮਾ ਮਾ ਕੇ ਹੁਣ ਮੇਰਾ ਵੀ ਨਾਂ ਹੋਵੇ, ਮੈਨੂੰ ਇਹ ਲਾਲਸਾ ਸੀ। ਉਹ ਫਾਦਰ ਸਾਹਿਬ ਇਹ ਚਾਹੁੰਦੇ ਸੀ ਵੀ ਤੂੰ ਵਾਹੀ ਕਰ ਅਤੇ ਨਾਲ ਕੋਈ ਸਾਡਾ ਵੀ, ਅਸੀਂ ਵੀ ਰਲਾਈਏ ਨਾਲ, ਸਹੀ। ਲੇਕਿਨ ਮੈਂ ਕਰ ਨਾ ਸਕਿਆ, ਉਹਨਾਂ ਦੀ ਸੋਚ 'ਤੇ ਮੈਂ ਨਾ ਖੜਾ, ਉਹ ਮੇਰੀ ਸੋਚ 'ਤੇ ਨਾ ਖੜੇ, ਉਹਨਾਂ ਨੇ ਮੈਨੂੰ ਘਰੋਂ ਜਵਾਬ ਦਿੱਤਾ। ਉਸ ਵਾਸਤੇ ਮੈਂ ਪਤਾ ਨਹੀਂ ਦਿਹਾੜੀ ਦਾ ਕੋਈ ਕੰਮ ਨਹੀਂ ਛੱਡਿਆ, ਇੱਕ ਚੋਰੀ ਨਹੀਂ ਕੀਤੀ, ਠੱਗੀ ਨਹੀਂ ਕੀਤੀ, ਯਾਰੀ ਨਹੀਂ ਕੀਤੀ, ਕਿਸੇ ਦੀ ਇੱਜ਼ਤ 'ਤੇ ਹਮਲਾ ਨਹੀਂ ਕੀਤਾ, ਔਰ ਧੋਖਾ ਨਹੀਂ ਦਿੱਤਾ ਕਿਸੇ ਨੂੰ, ਝੂਠ ਨਹੀਂ ਬੋਲਿਆ। ਬਸ ਇਸ ਨੇ ਮੈਨੂੰ ਲੈ ਕੇ ਇੱਥੋਂ 'ਤੇ ਪਹੁੰਚ ਗਏ ਵੀ ਮਤਲਬ ਮੈਂ ਜੋ ਵੀ ਜੇ ਕਲਾਕਾਰ ਕੋਈ ਮੇਰੇ ਨਾਲ ਧੋਖਾ ਕਰਦਾ ਵੀ ਸੀ, ਮੈਂ ਹੱਥ ਜੋੜ ਕੇ ਕਹਿੰਦਾ ਚਲੋ ਕੋਈ ਨਹੀਂ, ਬਾਬਾ ਫਰੀਦ ਸਾਹਿਬ ਆਪ ਹੀ ਜਾਣਦੇ ਆ, ਜੋ ਹੋਣਾ ਉਹ ਟਾਈਮ ਨੇ ਕਰਨਾ। ਸਮਾਂ ਬੜਾ ਬਲਵਾਨ ਬਲਵਾਨ ਹੁੰਦਾ ਜੀ, ਭੰਨ ਕੇ ਟਰੱਕ ਬਹਿ ਗਿਆ। ਹਾਂਜੀ, ਮੈਂ ਅੱਜ ਸਵੇਰੇ ਗੀਤ ਸੁਣਿਆ ਕਈ ਵਾਰ ਤੇ ਮੈਨੂੰ ਚੰਗਾ ਵੀ ਲੱਗਾ। ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਗਏ ਆ ਬਈ, ਬੰਦਾ ਜਦੋਂ ਡਰਾਈਵਿੰਗ ਕਰਦਾ, ਜਦੋਂ ਕਿਸੇ ਵੀ ਵਹੀਕਲ ਨੂੰ ਚਲਾਉਂਦਾ, ਇੱਕ ਤਾਂ ਉਰੇ ਪਰੇ ਨਹੀਂ ਦੇਖਣਾ ਚਾਹੀਦਾ, ਤੇ ਇੱਕ ਜਿਹੜਾ ਹੈ ਉਸੇ ਕਿਸੇ ਵੀ ਕਿੱਤੇ ਦੇ ਨਾਲ ਬੰਦਾ ਜੁੜਿਆ, ਉਹਨੂੰ ਉਧਰ ਇਕਾਗਰ ਰਹਿਣਾ ਚਾਹੀਦਾ। ਜਿਹੜੇ ਸਵਾਦ ਕਈ ਕਿਸਮ ਦੇ ਹੁੰਦੇ ਆ ਨਾ, ਉਹਨਾਂ ਦੇ ਵੱਲ ਖਿਆਲ ਨਹੀਂ ਦੇਣਾ ਚਾਹੀਦਾ। ਮੈਂ ਬਿਲਕੁਲ, ਤੇ ਉਸ ਗੀਤ ਦੇ ਬੋਲ ਹੋ ਜਾਣ ਫਿਰ। ਦੱਸੋ ਜੀ ਕਿਹੜੇ ਦੇ ਸੁਣਾ ਦੇ? ਇੱਕ ਤਾਂ ਗੀਤ ਇਹ ਵੀ ਹੈ ਭੰਨ ਕੇ ਟਰੱਕ ਪੈ ਗਿਆ, ਇੱਕ ਗੀਤ ਹੋਰ ਬੜਾ ਪ੍ਰਚਲਿਤ ਮਤਲਬ ਕਾਫੀ, ਜਿਵੇਂ ਬੱਬੂ ਮਾਨ ਸਾਹਿਬ ਉਹ ਵੀ ਸਟੇਜ 'ਤੇ ਬਿਆਨ ਕਰਦੇ ਆ, ਰਣਜੀਤ ਬਾਬਾ ਜੀ ਹੈ ਉਹ ਵੀ ਸਟੇਜ 'ਤੇ ਕਰਦੇ ਆ, ਉਹ ਗੀਤ ਸਗੋਂ ਇਹਦੇ ਨਾਲੋਂ ਵੀ ਜ਼ਿਆਦਾ ਮੈਂ ਉਹਨੂੰ ਪਹਿਲ ਦਿੰਦਾ, ਕਿਉਂਕਿ ਉਹਦੇ ਵਿੱਚ ਸੱਚਾਈ ਇਹ ਹੈ ਵੀ ਉਹ ਕੁੜੀ ਸਜਾ ਦਿੰਦੀ ਹੈ ਵੀ ਮੂਰਖਾ, ਜੇ ਤੂੰ ਆਪਦੀ ਨਿਗਾਹ ਸਿੱਧੀ ਰੱਖਦਾ ਤੇ ਤੇਰੀ ਗੱਡੀ ਕਾਹਨੂੰ ਭੱਜਦੀ, ਨਾਲੇ ਤੂੰ ਪੈਸਿਆਂ ਦਾ ਨੁਕਸਾਨ ਕੀਤਾ। ਚਲੋ ਫਿਰ ਉਹ ਸੁਣਾ ਦਿਓ। ਹਾਂਜੀ, ਕੱਲੀ ਆਉਂਦੀ ਵੇਖ ਨੀਤ ਬਦਲੇਗੀ ਤੇਰੀ, ਕੱਲੀ ਆਉਂਦੀ ਵੇਖ ਨੀਤ ਬਦਲੇਗੀ ਤੇਰੀ, ਅੱਖ ਉੜਦੇ ਪਟੋਲੇ ਵਿੱਚ ਲੱਗੀ ਵੇ, ਕੀ ਖੱਟ ਲਿਆ ਡਰਾਈਵਰਾ, ਛੇੜ ਕੇ ਛੜਕ ਤੇ ਨੱਡੀ ਵੇ, ਕੀ ਖੱਟ ਲਿਆ ਡਰਾਈਵਰਾ। ਉਹ ਜੀ ਟੀ ਰੋਡ ਉੱਤੇ ਬੜਾ ਆਉਂਦਾ ਸੀ ਨਜ਼ਾਰਾ, ਜੀ ਟੀ ਰੋਡ ਉੱਤੇ
ਉਹ ਜੀ ਟੀ ਰੋਡ ਉੱਤੇ ਬੜਾ ਆਉਂਦਾ ਸੀ ਨਜ਼ਾਰਾ, ਜੱਟ ਆਉਂਦਾ ਸੀ ਪਚਾਸੀਆਂ ਤੇ ਛੱਡੀ ਨਹੀਂ ਗੋਰੇ ਰੰਗ ਨੇ ਰਗੜਤਾ, ਮਾਰੀ ਟਾਲੀ ਦੇ ਵਿੱਚ ਗੱਡੀ ਨਹੀਂ ਗੋਰੇ ਰੰਗ ਨੇ ਰਗੜਤਾ, ਜਾਣ ਬੁੱਝ ਕਾ ਤੋ ਕਰ ਬੈਠਾ ਨੁਕਸਾਨ ਵੇ, ਇੰਨਾ ਚੰਗਾ ਜਾਣ ਬਚ ਰਹੀ ਤੇਰੀ ਜਾਣ ਵੇ, ਜਾਣ ਬੁੱਝ ਕਾ ਤੋ ਕਰ ਬੈਠਾ ਨੁਕਸਾਨ ਵੇ, ਇੰਨਾ ਚੰਗਾ ਜਾਣ ਬਚ ਰਹੀ ਤੇਰੀ ਜਾਣ ਵੇ, ਲੈ ਕੇ ਤੈਨੂੰ ਬਹਿ ਗਈ ਜਿਹੜੀ ਪਿਛਲੇ ਜੇ ਠੇਕੇ ਵਾਲੀ ਬੋਤਲ ਦਾਰੂ ਦੀ ਮੂੰਹ ਨੂੰ ਲੱਗੀ ਵੇ, ਕੀ ਖੱਟ ਲਿਆ ਡਰਾਈਵਰਾ ਛੇੜ ਕੇ ਸੜਕ ਤੇ ਨੱਡੀ ਵੇ, ਕੀ ਖੱਟ ਲਿਆ ਡਰਾਈਵਰਾ, ਉਹ ਕਰਕੇ ਜ਼ਮੀਨ ਗਹਿਣੇ ਲਿਆ ਸੀ ਟਰੱਕ ਨੀ, ਉਹ ਵੱਟਿਆ ਨਾ ਆਨਾ ਪੂਰਾ ਲੱਗਾ ਡੇਢ ਲੱਖ ਨੀ, ਉਹ ਕਰਕੇ ਜ਼ਮੀਨ ਗਹਿਣੇ ਲਿਆ ਸੀ ਟਰੱਕ ਨੀ, ਵੱਟਿਆ ਨੀ ਆਨਾ ਪੂਰਾ ਲੱਖਾ ਡੇਢ ਪੂਰਾ ਲੱਗਾ ਡੇਢ ਲੱਖ ਨੀ, ਰਮਲਾ ਨਸ਼ੇ ਦੇ ਵਿੱਚ ਆ ਗਿਆ ਬਰੇਕ ਦੀ ਤਾਰੇ ਸੀ ਉੱਤੇ ਮਾਰ ਬੈਠਾ ਅੱਡੀ ਨੀ, ਨੀ ਗੋਰੇ ਰੰਗ ਨੇ ਰਗੜਤਾ, ਮਾਰੀ ਟਾਲੀ ਦੇ ਵਿੱਚ ਗੱਡੀ ਨੀ, ਨੀ ਗੋਰੇ ਰੰਗ ਨੇ ਰਗੜਤਾ। ਇਹ ਵਾ ਗੀਤ ਦੇ ਵਿੱਚ ਉਹਨਾਂ ਨੂੰ ਬੜਾ ਕੁਛ ਲੱਭਿਆ। ਹਾਂਜੀ ਬਈ ਕਿਸ ਤਰੀਕੇ ਦੇ ਨਾਲ ਜਿਹੜਾ ਇੱਕ ਡਰਾਈਵਰ ਆ ਉਹ ਆਲੇ ਦੁਆਲੇ ਦੇਖਦਾ ਰਹਿੰਦਾ, ਬੀਬੀਆਂ ਵੱਲ ਦੇਖਦਾ, ਹਨਾ, ਇਹ ਉਹਦੀ ਇੱਕ ਲੱਤ ਆ, ਇਹ ਮਾੜੀ ਗੱਲ ਆ, ਉਹਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਸੜਕ ਤੇ ਸਫ਼ਰ ਕਰਦਾ, ਲੈ ਕੇ ਤੈਨੂੰ ਬਹਿ ਗਈ ਜਿਹੜੀ ਪਿਛਲੇ ਜੇ ਠੇਕੇ ਵਾਲੀ ਬੋਤਲ ਦਾਰੂ ਦੀ ਮੂੰਹ, ਬਿਲਕੁਲ ਦਾਰੂ ਦੇ ਵੱਲ ਨਹੀਂ ਖਿਆਲ ਕਰਨਾ ਚਾਹੀਦਾ ਡਰਾਈਵਰਾਂ ਨੂੰ, ਬਿਲਕੁਲ, ਤੇ ਆਲੇ ਦੁਆਲੇ ਨੇ ਦੇਖਣਾ ਚਾਹੀਦਾ ਭਾਵੇਂ ਕੋਈ ਵੀ ਤੁਰੀ ਜਾਵੇ ਜਾਂ ਕੋਈ ਵੀ ਤੁਰਿਆ ਜਾਵੇ ਤੇ ਥੱਲੇ ਨਾ ਕੋਈ ਆ ਜਾਏ ਟਾਇਰ ਦੇ, ਬਸ ਸਿਰਫ ਇਸ ਗੱਲ ਦਾ ਖਿਆਲ ਰੱਖਣਾ ਸਰ, ਕਿੱਤਾ ਭਾਵੇਂ ਕੋਈ ਵੀ ਹੈ, ਹਾਂ ਜਵਾਨਾਂ ਨੂੰ ਵੀ ਕਹੂੰਗਾ ਵੀ ਕਿੱਤਾ ਭਾਵੇਂ ਕੋਈ ਹੈ, ਨਸ਼ਾ ਨਹੀਂ ਕਰਨਾ ਚਾਹੀਦਾ, ਨਸ਼ਿਆਂ ਤੋਂ ਹਟ ਕੇ ਰਹੋ, ਬਚ ਕੇ ਰਹੋ, ਆਪਣੀਆਂ ਜਾਨਾਂ ਸੋਹਣੀਆਂ ਸਿਹਤਾਂ ਕਮਾਓ, ਤੁਹਾਡੇ ਪੰਜਾਬੀਅਤ ਦੇ ਵਿੱਚ ਆਪਣੇ 'ਚ ਖਾਣ ਵਾਸਤੇ ਦੁੱਧ ਘਿਓ ਮੱਖਣ ਦਹੀਂ ਇਹਨਾਂ ਨੂੰ ਖਾ ਕੇ ਤੁਸੀਂ ਜਵਾਨ ਬਣੋ, ਨਾ ਕਿ ਆਪਾਂ ਨਸ਼ੇ ਕਰ ਕਰਕੇ ਕੰਡਮ ਹੋਈਏ, ਇਹ ਨਹੀਂ ਚੰਗਾ। ਅਤੇ ਜਵਾਨਾਂ ਨੂੰ ਵੀ ਕਹਾਂਗੇ ਵੀ ਵੇਖੋ, ਮੈਂ ਕਰਾਂ ਜੀ ਕਨੇਡਾ, ਮੇਰੇ ਮਿੱਤਰ ਪਿਆਰੇ ਸੀ ਉਹ ਹਰਜੀਤ ਬਾਜਾ ਜੀ, ਅੱਜ ਸਾਡੇ ਦੁਨੀਆਂ 'ਚ ਤਾਂ ਨਹੀਂ ਹੈ ਪਰ ਵਰਲਡ ਦਾ ਪਲੇਅਰ ਸੀ ਉਹ ਹਰਮਨ ਪਿਆਰਾ, ਉਹਦੇ ਨਾਲ ਸਟੋਪਰ ਸੀਗਾ ਕਾਲਾ ਗਾਜੀ ਆਣਾ, ਰਾਜਾ ਜੀ ਔਰ ਗਾਗੋ ਜੀ, ਬਿਲਕੁਲ ਇਹ ਤਿੰਨੇ ਟੀਮ ਦੇ ਮੇਰੇ ਜਮਾਂ ਬੱਚਿਆਂ ਨੂੰ ਨਾਲ ਇੰਨਾ ਪਿਆਰ ਕਰਦੇ ਸੀ। ਮੈਂ ਉੱਥੇ ਇੱਕ ਵਿਅੰਗ ਕੱਸਿਆ ਸਟੇਜ 'ਤੇ, ਕੈਨੇਡਾ ਦੀ ਸਟੇਜ 'ਤੇ, ਮੈਂ ਕਿਹਾ ਨੌਜਵਾਨੋ ਤੁਸੀਂ ਕਬੱਡੀ ਖੇਡਦੇ ਹੋ ਯਾਰ, ਅਫਸੋਸ ਕਿ ਹਰਜੀਤ ਬਾਜੇ ਹੋਰੀ, ਕਾਲੇ ਹੋਰੀ, ਰਾਜੇ ਹੋਰੀ, ਗਾਗੋ ਹੋਰੀ, ਉਹ ਵੈਸੇ ਖੁਰਾਕਾਂ ਖਾ ਕੇ ਖੇਡਦੇ ਸੀ, ਅਤੇ ਪਾਗਲੋ ਤੁਸੀਂ ਅੱਜ ਕੱਲ੍ਹ ਟੀਕੇ ਲਾ ਕੇ ਖੇਡਦੇ ਹੋ ਸਿਰਫ ਮਤਲਬ ਕੱਪ ਜਿੱਤਣ ਦੇ ਬਾਰੇ, ਅਤੇ ਤੁਹਾਨੂੰ ਪਤਾ ਵੀ ਜਿੱਦਣ ਤੁਹਾਨੂੰ ਫਰਜ਼ ਕਰੋ ਅੱਜ ਤਾਂ ਤੁਸੀਂ ਟੀਕੇ ਲਾਉਂਦੇ ਹੋ ਅਤੇ ਜਿੱਦਣ ਤੁਹਾਡੇ 'ਤੇ ਕਬੀਲਦਾਰੀ ਪੈ ਗਈ ਅਤੇ ਜਿੱਦਣ ਮੈਂ ਕਿਹਾ ਕਬੀਲਦਾਰੀ ਦਾ ਜੱਫਾ ਲੱਗਾ ਉਦੋਂ ਤੁਹਾਡੇ ਤੋਂ ਡੀ ਟੱਚ ਨਹੀਂ ਹੋਣੀ। ਸਹੀ ਸਹੀ, ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਔਰ ਬਹੁਤ ਲੋਕਾਂ ਨੇ ਪਿਆਰ ਕੀਤਾ ਵੀ ਵਾਕਿਆ ਠੀਕ ਹੈ, ਵੀ ਜਦੋਂ ਪਤਾ ਕੀ ਗੱਲ, ਇਹ ਨਸ਼ੇ ਤਾਂ ਬੰਦੇ ਨੂੰ ਠੀਕ ਸਥਿਰ ਨਹੀਂ ਰਹਿੰਦੇ, ਅਤੇ ਮੈਂ ਪਲੇਅਰਾਂ ਨੂੰ ਵੀ ਕਹਿੰਦਾ ਅਤੇ ਬਾਕੀ ਨੂੰ ਵੀ ਕਹਿੰਦਾ, ਮੈਂ ਤਾਂ ਵੈਸੇ ਗੱਲ ਜਨਰਲ ਤੌਰ 'ਤੇ ਕਰਤੀ ਵੀ ਸਾਨੂੰ ਨਸ਼ੇ ਕਰਨੇ ਨਹੀਂ ਚਾਹੀਦੇ। ਜਿਹੜੇ ਟਰੱਕ ਡਰਾਈਵਰ ਹਨ ਨਾ ਭਾਈਚਾਰੇ ਦੇ ਸਾਥੀ, ਉਹਨਾਂ ਨੇ ਦੇਸ਼ ਦੁਨੀਆਂ ਦੇ ਵਿੱਚ ਬਹੁਤ ਨਾਮਣਾ ਖੱਟਿਆ, ਉਹਨਾਂ ਨੇ ਪੰਜਾਬ ਦੀ ਆਰਥਿਕਤਾ 'ਚ ਵੀ ਬੜਾ ਵੱਡਾ ਯੋਗਦਾਨ ਪਾਇਆ। ਹਾਂਜੀ, ਜਿਹੋ ਕੈਨੇਡਾ ਅਮਰੀਕਾ ਦੇ ਵਿੱਚ ਹੋਰ ਥਾਵਾਂ 'ਤੇ ਪਰ ਬੋਲਬਾਲਾ ਵੀ ਇਹਨਾਂ ਦਾ ਜਿੱਥੇ ਜਾਂਦੇ ਉੱਥੇ ਆਪਦਾ ਪੰਜਾਬ ਵਸਾ ਕੇ ਰਹਿੰਦੇ। ਤੁਹਾਨੂੰ ਕਈ ਲੋਕ ਕਹਿੰਦੇ ਆ ਵੀ ਤੁਸੀਂ ਟਰੱਕਾਂ ਵਾਲਿਆਂ ਦੇ ਗਾਇਕ, ਟਰੱਕ ਡਰਾਈਵਰਾਂ ਦੇ ਗਾਇਕ, ਤੇ ਇਹ ਇੱਕ ਖਾਸ ਵਰਗ ਦੇ ਗਾਇਕ ਅਖਵਾ ਕੇ ਚੰਗਾ ਲੱਗਦਾ ਕਿ ਨਹੀਂ? ਚੰਗਾ ਤਾਂ ਲੱਗਦਾ ਜੀ, ਅਸੀਂ ਗਾਇਆ ਤਾਂ ਸਾਰੇ ਵਰਗ ਵਾਸਤੇ ਹੀ ਹੈ, ਜੇ ਉਹਨੂੰ ਸੋਚਿਆ ਜਾਵੇ ਤੇ ਤੁਸੀਂ ਅੱਗੇ ਸਵਾਲ ਕੀਤਾ, ਸਾਧ ਵਰਗ ਵੀ ਸਾਡੇ ਤੋਂ ਬਹੁਤ ਚਾਲੂ ਹੈ, ਅੱਧੇ ਦਾ ਸਾਧ ਵਿੱਚੋਂ ਕਹਿੰਦੇ ਵੀ ਇਹਦੇ ਗੋਲੀ ਮਾਰਨੀ ਚਾਹੀਏ, ਸਾਲਾ ਸਾਡੇ ਉਲਟ ਬੋਲਦਾ, ਸਮਝੀ ਗੱਲ। ਉਹ ਕਹਿਣ ਤੋਂ ਮਤਲਬ ਇਹਨਾਂ ਵੀ ਜੋ ਵੀ ਅਸੀਂ ਗਾਇਆ, ਮੈਂ ਫਿਰ ਪਿਛੋਕੜ ਲੈ ਚੱਲਦਾ ਵੀ ਪਹਿਲਾਂ ਦੇ ਗੀਤ ਵੀ ਗਾਏ ਨਾ, ਤੇ ਮੈਂ ਵਿਅੰਗਮਈ ਗਾਉਣ ਦਾ ਆਦੀ ਸੀਗਾ, ਜਿਹਦੇ ਵਿੱਚ ਕਮੀਆਂ ਤਰੁੱਟੀਆਂ ਬਹੁਤ ਸਾਰੇ ਨੁਕਸ, ਉਹ ਮੈਂ ਗੀਤ ਜ਼ਿਆਦਾ ਗਾਉਂਦਾ ਸੀ। ਹੁਣ ਵੀ ਜੇ ਆਪਾਂ ਨੂੰ ਸਮਾਂ ਜਿਵੇਂ ਆਗਿਆ ਦਿੰਦਾ ਤੇ ਤੁਹਾਨੂੰ ਸੁਣਾਉਂਗਾ ਵੀ ਅੱਜ ਕੱਲ੍ਹ ਦੇ ਵਕਫਾ ਲੈ ਕੇ ਨਾ ਇੱਕ ਵਕਫਾ ਲੈ ਕੇ ਫੇਰ ਸਾਧਾਂ ਦੇ ਉੱਪਰ ਆਉਣਾ, ਵਕਫੇ ਤੋਂ ਬਾਅਦ ਚ ਮਿਲਦੇ ਆ। ਉਹ ਆਦੀ ਹਾਜ਼ਰ ਹੈ ਜੱਜ ਦਾ ਵਿਚਾਰ। ਰਮਲਾ ਜੀ, ਪਹਿਲਾਂ ਆਪਾਂ ਸਾਧਾਂ ਵਾਲਾ ਇੱਕ ਗਾਣਾ ਸੁਣਨਾ ਹੈ ਤੇ ਸਵਾਲ ਉਸ ਤੋਂ ਬਾਅਦ ਚ ਤੁਹਾਨੂੰ ਕਰਾਂਗੇ। ਉਹਨਾਂ ਅਸਲ ਵਿੱਚ ਮੈਂ ਜਿੰਨਾ ਕੁ ਸੁਣਿਆ ਜੀ, ਅਸਲ ਦੇ ਵਿੱਚ ਕਈ ਸਟੇਜਾਂ ਦੀਆਂ ਵੀਡੀਓਜ਼ ਫਿਲਮ ਅੰਕਣ ਆ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਤੈਰਦੇ ਹੁੰਦੇ ਆ ਜੀ ਜੀ, ਤੇ ਉਹ ਮੈਂ ਸੁਣਿਆ ਜੀ,
ਤੇ ਸਾਧਾਂ ਦੀ ਵੱਖੀ ਦੇ ਵਿੱਚ ਉਹ ਚੰਗਾ ਹੂਰਾ ਵੱਜਦਾ, ਕਿਉਂਕਿ ਪੰਜਾਬ ਦੀਆਂ ਜਿੰਨੀਆਂ ਸਮੱਸਿਆਵਾਂ ਨੇ ਉਹਨਾਂ ਚੋਂ ਇੱਕ ਸਮੱਸਿਆ ਇਹ ਸਾਧਾਂ ਦੀ ਬੂਬੜਿਆਂ ਦੀ ਵੀ ਵੱਡੀ ਸਮੱਸਿਆ ਵੀ ਇਹ ਥਾਂ ਥਾਂ ਤੇ ਲੱਭ ਪੈਂਦੇ ਨੇ। ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਇਸ ਗੱਲ ਵਾਸਤੇ ਮੈਨੂੰ ਸਵਾਲ ਕੀਤਾ, ਤੇ ਮੈਂ ਸਗੋਂ ਚਾਹੁੰਦਾ ਸੀ ਵੀ ਇਹ ਗੱਲ ਜ਼ਰੂਰ ਸਾਂਝੀ ਕੀਤੀ ਜਾਵੇ ਜੀ। ਉਹ ਕਾਰਨ ਇਹ ਹੈ ਵੀ ਦੇਖੋ ਜਿਵੇਂ ਪਹਿਲਾਂ ਗੀਤ ਗਾਏ ਸੀ ਨਾ ਤੇ ਇੱਕ ਕਿੰਤੂ ਪਰੰਤੂ ਕਰਦੇ ਸੀ, ਹੁਣ ਵੀ ਜਿਹੜੇ ਡੇਰਿਆਂ ਤੇ ਜਾਂਦੇ ਆ ਨਾ ਤੇ ਕਿੰਤੂ ਪਰੰਤੂ ਮੇਰੇ ਤੇ ਉਹ ਕਰਦੇ, ਉਹ ਕਹਿੰਦੇ ਯਾਰ ਇਹ ਨਾ ਗੀਤ ਗਾਵੇ ਪਤਾ ਹੁੰਦਾ ਵੀ ਇਹ ਡੇਰੇ ਤੇ ਜਾਂਦੇ, ਉਹ ਰੌਲਾ ਪਾਉਂਦੇ ਜ਼ਿਆਦਾ। ਨਹੀਂ ਤਾਂ ਜਿਹੜੇ ਚੰਗੀ ਸੋਚ ਦੇ ਮਾਲਕ ਆ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਹਾਜ਼ਰ ਹੁੰਦੇ ਉਹ ਉਹਨਾਂ ਨੂੰ ਮੰਨਦੇ ਆ ਜਾਂ ਉਹਨਾਂ ਨੂੰ ਬਾਣੀ ਗੁਰਬਾਣੀ ਨੂੰ ਪਹਿਲ ਦਿੰਦੇ ਜਾਂ ਉਹਦੇ 'ਤੇ ਵਿਸ਼ਵਾਸ ਕਰਦੇ ਆ, ਉਹ ਬੰਦੇ ਤਾਂ ਨਹੀਂ ਟੋਲਦੇ। ਤੇ ਜਿਹੜੇ ਬੰਦੇ ਇਹਨਾਂ ਦੇ ਚੁੰਗਲ 'ਚ ਫਸ ਜਾਂਦੇ ਆ ਤੇ ਆ ਤੁਹਾਨੂੰ ਉਹਦੀ ਬੰਦਗੀ ਸੁਣਾਉਂਦੇ ਆ, ਤੇ ਇਹ ਗੀਤ ਮੈਂ ਚਾਹੂੰਗਾ ਵੀ ਤੁਸੀਂ ਸੁਣਾ, ਕੱਲ ਨਾ ਦਿਆਂਗੇ ਪਰ ਸੁਣ ਸਾਰਾ ਲਿਆ ਜੀ। ਬਿਲਕੁਲ, ਕਿਉਂਕਿ ਤਰਕਸ਼ੀਲਾ ਨੇ ਵੀ ਬਹੁਤ ਜ਼ੋਰ ਲਾਇਆ, ਅਸੀਂ ਜੇ ਗਾਇਆ ਤੇ ਸਾਨੂੰ ਇਹ ਸ਼ਲੀਲ ਦੱਸਦੇ ਆ ਤੇ ਹੁਣ ਗਾ ਕੇ ਦੱਸਣ ਲੱਗੇ ਸਰੋਤਿਆਂ ਨੂੰ ਵੀ ਇਹਨੂੰ ਦੱਸਿਆ ਜੀ ਵੀ ਸੱਚਾਈ ਆ ਕਿ ਸ਼ਲੀਲ ਹੈ। ਲੱਗਦਾ ਦੀ ਰਾਤ ਨੂੰ ਡਰਵੇ ਏਦਾਂ ਮੈਂ ਜਾਊਂਗੀ ਮਰਵੇ, ਹੁਣ ਤੂੰ ਮਾਇਆ ਹਿਲਾ ਕਰਵੇ, ਹੁਣ ਤੂੰ ਮਾਇਆ ਹਿਲਾ ਕਰਵੇ ਜੇ ਮੇਰੀ ਜਾਨ ਬਚਾਉਣੀ ਆ। ਓਏ ਚੱਲ ਸਾਧ ਦੇ ਡੇਰੇ ਚੌਂਕੀ ਭਰ ਕੇ ਆਉਣੀ ਆ, ਏ ਚੱਲ ਸਾਧ ਦੇ ਡੇਰੇ ਚੌਂਕੀ ਭਰ ਕੇ ਆਉਣੀ ਆ। ਉਹ ਰੋਕਦਾ ਪੜ੍ਹਿਆ ਲਿਖਿਆ ਮੁੰਡਾ, ਉਨੀ ਤੂੰ ਮੰਨ ਲੈ ਮੇਰਾ ਕਹਿਣਾ ਜਾ ਕੇ ਡੇਰੇ ਵਿੱਚ ਕੀ ਲੈਣਾ, ਨੀ ਤੂੰ ਮੰਨ ਲੈ ਮੇਰਾ ਕਹਿਣਾ ਜਾ ਕੇ ਡੇਰੇ ਵਿੱਚ ਕੀ ਲੈਣਾ, ਵਹਿਮਾਂ ਭਰਮਾਂ ਵਿੱਚ ਕੀ ਪੈਣਾ ਸਾਧ ਕਟਾਉਂਦਾ ਗੋਡੇ ਨੀ, ਉਹ ਤੜਕੇ ਪਿਉਂ ਕੇ ਪੀਂਦਾ ਪੱਟੂ ਲੀਟਰ ਡੋਡੇ ਨੀ, ਤੜਕੇ ਪਿਉਂ ਕੇ ਪੀਂਦਾ ਪੱਟੂ ਲੀਟਰ ਡੋਡੇ ਨੀ। ਚੰਗੇ ਥਾਂ ਜਾਣ ਦਾ ਡਰ ਨੀ, ਚੰਗੀ ਹੁੰਦੀ ਸੇਵਾ ਕਰਨੀ, ਮੈਂ ਵੀ ਲੱਗ ਬਾਬੇ ਦੇ ਚਰਨੀ ਵੇ ਕੁਝ ਪੱਲੇ ਪਾ ਲੂੰਗੀ, ਓਏ ਫੇਰ ਲੱਗੂ ਨਾ ਡਰ ਮੈਂ ਜਦੋਂ ਤਵੀਤ ਕਰਾ ਲੂੰਗੀ, ਵੇ ਫੇਰ ਲੱਗੂ ਨਾ ਡਰ ਮੈਂ ਜਦੋਂ ਤਵੀਤ ਕਰਾ ਲੂੰਗੀ। ਉਹ ਗੱਲਾਂ ਕਰਦਾ ਬੰਨਾ ਚੰਨਾ ਇਹਦੀਆਂ ਸਭ ਸੇਵਕ ਨੇ ਰੰਨਾ, ਗੱਲਾਂ ਕਰਦਾ ਬੰਨਾ ਚੰਨਾ ਇਹਦੀਆਂ ਸਭ ਸੇਵਕ ਨੇ ਰੰਨਾ, ਨੀ ਪਹਿਲਾਂ ਤੇਰੇ ਗਿੱਟੇ ਪੰਨਾ ਵੱਡੀ ਬਣੇ ਵਡੇਰਨ ਤੂੰ, ਉਹ ਤੂੰ ਵੀ ਗਿਜ ਗਈ ਨਿੱਤ ਸਾਧ ਦੇ ਝਾੜੂ ਫੇਰਨ ਤੂੰ, ਤੂੰ ਵੀ ਗਿਜ ਗਈ ਨਿੱਤ ਸਾਧ ਦੇ ਝਾੜੂ ਫੇਰਨ ਤੂੰ। ਤੈਨੂੰ ਪਰਮ ਕਿਸੇ ਨੇ ਪਾਤਾ ਐਵੇਂ ਪੁੱਠੀ ਮਤ ਪੜਾਤਾ, ਤੈਨੂੰ ਪਰਮ ਕਿਸੇ ਨੇ ਪਾਤਾ ਐਵੇਂ ਪੁੱਠੀ ਮਤ ਪੜਾਤਾ, ਸਾਡੇ ਘਰੇ ਕਲੇਸ਼ ਪਵਾਤਾ ਧੀਵੀ ਜਾਂਦੀ ਡੇਰੇ ਵੇ, ਉਹ ਸੰਗੋ ਵਾਲੀਏ ਮਿਰਜੇ ਨੇ ਕੰਨ ਪਰਤੇ ਤੇਰੇ ਵੇ, ਹਾਏ ਸੰਗੋ ਵਾਲੀਏ ਮਿਰਜੇ ਨੇ ਕੰਨ ਪਰਤੇ ਤੇਰੇ ਵੇ, ਉਹ ਮੈਨੂੰ ਕਹੇ ਪਰਮ ਜਿਹਾ ਪੈ ਗਿਆ ਨੀ ਜਦੋਂ ਸਾਧ ਤੀਵੀਂ ਟੇਰ ਕੇ ਲੈ ਗਿਆ, ਉਹ ਮੈਨੂੰ ਕਹੇ ਪਰਮ ਜਿਹਾ ਪੈ ਗਿਆ ਜਦੋਂ ਤੀਵੀਂ ਟੇਰ ਕੇ ਲੈ ਗਿਆ, ਉਹ ਤਾਰੀ ਜੇਤੋ ਵਾਲਾ ਕਹਿ ਗਿਆ ਖੁੰਡਾ ਨਵਾਂ ਲਿਆਂਦਾ ਨੀ, ਤੇ ਨਰਮਿਆਂ ਵੀ ਦੀ ਵੇਖੀ ਸਾਧ ਨੂੰ ਬਹਿ ਬਹਿ ਜਾਂਦਾ ਨੀ, ਝੋਨੇ ਵੀ ਦੀ ਵੇਖੀ ਸਾਧ ਨੂੰ ਬਹਿ ਬਹਿ ਜਾਂਦਾ ਨੀ, ਉਹ ਕਾਲਿਆਂ ਵੀ ਦੀ ਵੇਖੀ ਤੂੰ ਲੰਮਾ ਪੈ ਪੈ ਜਾਂਦਾ ਨੀ। ਖੂਬਸੂਰਤ ਸ਼ੇਰ ਹੈ ਇਹਨਾਂ ਦੇ, ਤੁਹਾਨੂੰ ਆਪ ਵੀ ਪਤਾ ਲੱਗੂਗਾ ਵੀ ਇਹ ਸੱਚਾਈ। ਕਹਿੰਦਾ ਚਿੱਟਾ ਚਿਮਟਾ ਚਿੱਪੀ ਖੜਾਵਾਂ ਤੇ ਭੁੱਲ ਕੇ, ਚਿੱਪੀ ਚਿਮਟਾ ਖੜਾਵਾਂ ਨੂੰ ਭੁੱਲ ਕੇ ਤੇ ਸਾਧੂ ਸੈਰ ਜਹਾਜ਼ਾਂ ਦੀ ਕਰਨ ਲੱਗ ਪਏ, ਵਾਕੇ ਪੈਸਾ ਹੁਸਨ ਤਿਆਗਾ ਪਹਿਲੇ ਸਾਧੂਆਂ ਨੇ, ਸਾਧੂ ਅੱਜ ਦੇ ਝੋਲੀਆਂ ਭਰਨ ਲੱਗ ਪਏ, ਲੱਗੇ ਪਹਿਰੇ ਕਿਉਂ ਪੁਲਿਸ ਦੇ ਡੇਰਿਆਂ ਤੇ, ਉਹ ਕਿਹੜੀ ਗੱਲ ਤੋਂ ਬਾਬੇ ਉੱਡਣ ਲੱਗ ਪਏ, ਕਹਿੰਦੇ ਸਿੱਖਾਂ ਵਾਲੇ ਦੇ ਮੰਦਰਾਂ ਲਾਈ ਲੱਗ ਲੋਕੀ ਐਵੇਂ ਇਹਨਾਂ ਦੀ ਹਾਜ਼ਰੀ ਭਰਨ ਲੱਗ ਪਏ। ਬਹੁਤ ਵਧੀਆ, ਜਦੋਂ ਆਹ ਅਸੀਂ ਗਾਉਂਦੇ ਹਾਂ ਉਦੋਂ ਜਿਹੜੇ ਉੱਥੇ ਜਾਂਦੇ ਉਹ ਚਿੜਦੇ, ਸਹੀ ਗੱਲ, ਉਦੋਂ ਕਹਿਣਗੇ ਯਾਰ ਗਲਤ ਬੋਲਦਾ ਇਹਨੂੰ ਨਾ ਹਟਾ ਦਿਓ ਬਸ। ਹੁਣ ਇਹ ਸਮਾਜ ਨੂੰ ਪੁੱਛਾਂਗੇ ਆਪਾਂ ਜਾਂ ਉਹਨਾਂ ਸਰੋਤਿਆਂ ਨੂੰ ਦਰਸ਼ਕਾਂ ਨੂੰ ਪੁੱਛਾਂਗੇ ਵੀ ਤੁਸੀਂ ਦੱਸੋ ਵੀ ਇਹ ਸੱਚਾਈ ਹੈ ਜਾਂ ਕਿ ਮੈਂ ਵੈਸੇ ਬੋਲਿਆ, ਵਾਕਈ ਤੇ ਜਾਂ ਮੈਂ ਇਹਦੇ ਉਲਟਾਂ ਵੀ, ਜਾਂ ਮੈਂ ਖੁੱਲਾ ਕਰ ਰਿਹਾ ਜਾਂ ਮੈਂ ਸ਼ਲੀਲ ਹਾਂ, ਇਹ ਤੁਸੀਂ ਦੱਸੋ। ਬਿਲਕੁਲ ਸਹੀ ਹੈ। ਕਦੇ ਕੋਈ ਇਹੋ ਜਿਹਾ ਤਜਰਬਾ ਹੋਇਆ ਵੀ ਭਾਈ ਸਟੇਜ 'ਤੇ ਇਹੋ ਜਿਹੇ ਗੀਤ ਗਾ ਰਹੇ ਹੋ ਅਤੇ ਮੂਹਰੋਂ ਕੋਈ ਡੇਰੇਦਾਰ ਦਾ ਹਮਾਇਤੀ ਕੋਈ ਇਹੋ ਆ ਗਿਆ ਵੀ ਕਹਿੰਦਾ ਵੀ ਆਹ ਕੀ ਕਰਦੇ? ਇਹ ਗੱਲ ਠੀਕ ਹੈ ਤੁਹਾਡੀ, ਡੇਰੇਦਾਰ ਤਾਂ ਹਮੇਤੀ ਉਦੋਂ ਉੱਠਦਾ ਹੀ ਨਹੀਂ, ਪਤਾ ਬਰਾਤ ਵਾਲੇ ਬੈਠੇ ਹੁੰਦੇ ਦਾਰੂ ਛਕੀ ਹੈ ਵੀ ਮਾਰ ਮਾਰ ਨਾਲ ਲੱਲ ਪਾ ਦੇਣਗੇ,
ਦਰਦ ਨਹੀਂ ਉੱਠਦਾ ਥਾਪੜਾ ਦਿੰਦੇ ਪਿਓ ਦਾ ਪੁੱਤ ਬਹੁਤ ਵਧੀਆ ਗੱਲ ਤੂੰ ਸੱਚ ਗਾਇਆ ਵੀ ਵਾਕਈ ਇਹਨਾਂ ਨੂੰ ਖੜਨਾ ਚਾਹੀਦਾ ਬਿਲਕੁਲ ਸਹੀ ਹਾਂ ਆਪਾਂ ਪਰਸਨਲ ਕੇਸ ਤੇ ਅਟੈਕ ਨਹੀਂ ਕੀਤਾ ਲੇਕਿਨ ਪੰਜਾਬ ਚ ਕੋਈ ਹੋਰ ਡੇਰਾ ਮਕਬੂਲ ਆ ਮਾਲਵੇ ਚ ਹੋਰ ਆ ਦੁਆਬੇ ਚ ਹੋਰ ਆ ਆ ਇੱਧਰ ਨਕੋਦਰ ਵੱਲ ਕੋਈ ਹੋਰ ਆ ਹਨਾ ਏਦਾਂ ਹੀ ਚੱਲਦਾ ਗੱਲ ਤਾਂ ਬੇਟਾ ਜੀ ਇੱਕ ਮੇਰੇ ਯਾਦ ਹੋਰ ਆਈ ਹੈ ਆਹ ਗੱਲ ਸੁਣ ਬਜਾਈ ਬਈ ਉਹ ਰੱਬ ਦਾ ਨਾ ਲੈਣ ਵਾਲੇ ਨੂੰ ਡਰਕੀਏ ਲੋਕਾਂ ਦਾ ਕਾਤੋਂ ਲਵੇ ਆਸਰਾ ਰਫਲਾਂ ਦੀਆਂ ਨੋਕਾਂ ਦਾ ਕਾਤੋਂ ਲਵੇ ਆਸਰਾ ਰਫਲਾਂ ਦੀਆਂ ਨੋਕਾਂ ਦਾ ਡੇਰਿਆਂ ਵਿੱਚ ਪੁਲਿਸ ਚੌਂਕੀਆਂ ਲੱਗਾ ਕੋਈ ਬੋਰਡ ਨਹੀਂ ਸਾਧਾ ਨੂੰ ਗੰਨ ਮੈਨਾਂ ਦੀ ਮਿੱਤਰੋ ਕੋਈ ਉਹ ਗਲ ਦੇ ਵਿੱਚ ਪਗਵੇਂ ਕੱਪੜੇ ਡੱਬ ਵਿੱਚ ਪਸਤੌਲ ਹੁੰਦਾ ਉਹ ਗਲ ਦੇ ਵਿੱਚ ਪਗਵੇਂ ਲੀੜੇ ਡੱਬ ਵਿੱਚ ਪਸਤੌਲ ਹੁੰਦਾ ਹਰ ਦਮ ਇਹ ਕਾਮ ਦੇ ਕੀੜੇ ਨਾ ਇਹ ਕੰਟਰੋਲ ਹੁੰਦਾ ਉਹ ਕੰਨਿਆਂ ਤੋਂ ਪੈਰ ਕਟਾਉਂਦੇ ਚੜਦੇ ਉਹ ਤੋੜ ਨਹੀਂ ਕੰਨਿਆਂ ਤੋਂ ਪੈਰ ਕਟਾਉਂਦੇ ਚੜਦੇ ਉਹ ਤੋੜ ਨਹੀਂ ਬਈ ਸਾਧਾ ਨੂੰ ਗੰਨ ਮੈਨਾਂ ਦੀ ਉਹ ਮਿੱਤਰੋ ਕੋਈ ਲੋੜ ਨਹੀਂ ਸਾਧਾ ਨੂੰ ਗੰਨ ਮੈਨਾਂ ਦੀ ਇੱਕ ਹੈ ਜੀ ਉਹ ਨੋਟਾਂ ਦੀਆਂ ਥੱਦੀਆਂ ਉੱਤੇ ਸਾਧੂ ਕਦ ਸੌਂਦੇ ਨੇ ਉਹ ਜੰਗਲਾਂ ਵਿੱਚ ਕਰਨ ਭਗਤੀਆਂ ਰੱਖਣਾ ਤੇ ਸੌਂਦੇ ਨੇ ਰੋੜਾਂ ਤੇ ਕਰਨ ਭਗਤੀਆਂ ਚੁੱਭਦਾ ਕੋਈ ਰੋੜ ਨਹੀਂ ਸਾਧਾ ਨੂੰ ਗੰਨ ਮੈਨਾਂ ਦੀ ਮਿੱਤਰੋ ਕੋਈ ਲੋੜ ਨਹੀਂ ਸਾਧਾ ਨੂੰ ਗੰਨ ਮੈਨਾਂ ਦੀ ਬਹੁਤ ਬਿਲਕੁਲ ਇਹ ਅਸਲ ਸੱਚ ਇਹ ਆ ਹਾਂਜੀ ਬਿਲਕੁਲ ਸਹੀ ਗੱਲ ਆ ਜਿਹੜੇ ਕਹਿੰਦੇ ਆ ਨਾ ਕਿ ਮਾਇਆ ਨਾਗਣੀ ਹੁੰਦੀ ਆ ਉਹ ਮਾਇਆ ਦੇ ਅੰਬਾਰ ਲਾਈ ਬੈਠੇ ਆ ਜਿਹੜੇ ਕਹਿੰਦੇ ਆ ਵੀ ਜਿਹੜੀ ਜਾਨ ਆ ਇਹ ਤਾਂ ਵਾਹਿਗੁਰੂ ਦੇ ਹੱਥ ਵਸ ਹੈ ਇਹ ਸਵਾਸਾਂ ਦੀ ਪੂੰਜੀ ਤਾਂ ਪਤਾ ਨਹੀਂ ਕਦੋਂ ਖੁੱਸ ਜਾਣੀ ਆ ਉਹ ਆਪਦੇ ਸਵਾਸ ਬਚਾਉਣ ਦੇ ਲਈ ਗੰਨ ਮੈਨ ਰੱਖੀ ਫਿਰਦੇ ਆ ਜਿਹੜੇ ਕਹਿੰਦੇ ਆ ਵੀ ਭਾਈ ਇਹ ਜਿਹੜੀ ਦੁਨਿਆਵੀ ਗੱਲਾਂ ਤੋਂ ਅਸੀਂ ਮੁਕਤ ਆ ਉਹਨਾਂ ਦੇ ਕੋਲੇ 50-70 ਲੱਖ ਦੀਆਂ ਗੱਡੀਆਂ ਇਹ ਡਰਾਮਾ ਕੀ ਆ ਬਿਲਕੁਲ ਵਕਫਾ ਲੈ ਲਈਏ ਅਗਲੀ ਗੱਲ ਕਰਦੇ ਜੱਜ ਦਾ ਵਿਚਾਰ ਰਮਲਾ ਸਾਹਿਬ ਤੁਹਾਡਾ ਤਾਂ 4 ਦਹਾਕਿਆਂ ਦਾ ਤਜਰਬਾ ਹੈਗਾ ਹਾਂਜੀ ਹਾਂਜੀ 4 ਦਹਾਕੇ ਪਹਿਲਾਂ ਜਦੋਂ ਤੁਸੀਂ ਗਾਉਂਦੇ ਸੀ ਜਾਂ 5 ਦਹਾਕੇ ਪਹਿਲਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਗਾਉਣ ਦੀ ਉਸ ਵਕਤ ਲੋਕ ਗੱਡਿਆਂ ਦੇ ਉੱਤੇ ਆਉਂਦੇ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਕਿਸੇ ਮੇਲੇ ਵਾਲੀ ਥਾਂ ਦੇ ਉੱਤੇ ਵਿਆਹ ਵਾਲੇ ਘਰ ਦੇ ਵਿੱਚ ਇਕੱਤਰ ਹੋ ਜਾਂਦੇ ਸੀ ਹਾਂਜੀ ਹਾਂਜੀ ਹੁਣ ਸਮਾਂ ਬਦਲ ਗਿਆ ਹਾਂਜੀ ਫੇਸਬੁੱਕ ਆ ਗਈ ਯੂਟਿਊਬ ਆ ਗਈ ਹਰ ਬੰਦੇ ਦੇ ਕੋਲ ਆਪਣਾ ਟੈਲੀਵਿਜ਼ਨ ਹੈ ਹਰ ਬੰਦੇ ਦੇ ਕੋਲ ਆਪਣਾ ਅਖਬਾਰ ਹੈ ਮਨੋਰੰਜਨ ਦੇ ਵੱਖੋ ਵੱਖਰੇ ਸਾਧਨ ਹੈ ਜਿਹੜੇ ਸਰੋਤੇ ਆ ਉਹਨਾਂ ਦਾ ਮਿਜਾਜ਼ ਆ ਜਿਹੜਾ ਸੁਣਨ ਦਾ ਹਾਂਜੀ 4 ਦਹਾਕੇ ਪਹਿਲਾਂ ਅਤੇ ਅੱਜ ਦੇ ਸਮੇਂ ਦੇ ਵਿੱਚ ਕਿੰਨਾ ਕੁ ਬਦਲਿਆ ਸਮਝਦੇ ਹੋ ਬਦਲੇ ਤਾਂ ਮਿਜਾਜ਼ ਨਹੀਂ ਬਦਲੇ ਸਰੋਤਿਆਂ ਦੇ ਸਿਰਫ ਵਹੀਕਲਾਂ ਬਦਲੇ ਪਹਿਲਾਂ ਗੱਡੀਆਂ ਤੇ ਆਉਂਦੇ ਸੀ ਅੱਜ ਵੀ ਲੋਕ ਓਨੇ ਹੋਮਾ ਮਾ ਕੇ ਸਾਡੇ ਖੜਿਆਂ 'ਚ ਆਉਂਦੇ ਆ ਮੈਂ ਤਾਂ ਜਿੱਥੇ ਵੀ ਦੇਖਦਾ ਬਹੁਤ ਪ੍ਰਸ਼ੰਸਕ ਇੰਨੇ ਆਉਂਦੇ ਆ ਪਹਿਲਾਂ ਤਾਂ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇੱਧਰਲੇ ਇਲਾਕੇ 'ਚ ਆਉਣਾ ਅਤੇ ਉਹ ਫੋਨ ਕਰਦੇ ਰਹਿੰਦੇ ਬਾਈ ਜੀ ਤੁਸੀਂ ਸੱਚੀ ਮੁੱਚੀ ਆਉਣਾ ਕਿ ਇਹਨਾਂ ਨੇ ਐਵੇਂ ਕਿਹਾ ਮਗਰ ਆਉਣਾ ਵਗੈਰਾ ਪੁੱਛਦੇ ਜੀ ਇਹ ਮੇਰੇ ਮਾਲਕ ਦੀ ਬਾਬਾ ਫਰੀਦ ਸਾਹਿਬ ਦੀ ਬਖਸ਼ਿਸ਼ ਹੈ ਕਿ ਉਹ ਪੁੱਛਦੇ ਹੀ ਰਹਿੰਦੇ ਯਾਰ ਸਾਡੇ ਇਲਾਕੇ 'ਚ ਨਹੀਂ ਕੋਈ ਪ੍ਰੋਗਰਾਮ ਹੈਗਾ ਮੈਂ ਕਿਹਾ ਯਾਰ ਜਦੋਂ ਹੋਇਆ ਮੈਂ ਦੱਸ ਦਿੰਦਾ ਲੋਕ ਤਾਂ ਇੰਨੀ ਉਮੀਦ ਰੱਖਦੇ ਅਤੇ ਅਖਾੜੇ ਦੇ ਵਿੱਚ ਅੱਜ ਵੀ ਅਸੀਂ ਕਹਿੰਦੇ ਸਾਡੇ ਅਖਾੜਿਆਂ 'ਚ ਤਾਂ ਓਨਾ ਇਕੱਠ ਹੁੰਦਾ ਜਿੰਨਾ ਰਹਿ ਰੱਬ ਦਾ ਨਾ ਬਾਬਾ ਬਖਸ਼ਿਸ਼ ਬਾਬਾ ਰੋਡੂ ਸ਼ਾਹ ਉਹਨਾਂ ਦੇ ਕੌਂਕਿਆਂ ਦੇ ਅਖਾੜੇ ਦਾ ਕਿਤੇ ਇਕੱਠ ਦੇਖੋ ਮੈਂ ਖੇਰ ਘੱਟੋ ਘੱਟ ਨਾਰਮਲ ਸਥਿਤੀ 'ਚ 50,000 ਤੋਂ ਉੱਤੇ ਦੀ 70,000 ਦੀ ਗੈਦਰਿੰਗ ਆ ਉਸ ਅਖਾੜੇ 'ਚ ਹਾਂਜੀ ਟਰਾਲੀਆਂ ਵੇਖੋ ਅੱਖ ਨਹੀਂ ਟਿਕਦੀ ਕਿਤੇ ਇੰਨਾ ਦੂਰੀ 'ਤੇ ਖੜੇ ਲਓ ਛੱਤਾਂ ਭਰੀਆਂ ਸਾਰਾ ਫਿਰ ਮਾਣਕ ਸਾਹਿਬ ਦੇ ਮੇਲੇ ਦੀ ਗੱਲ ਹੈ ਉਹ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ ਮਤਲਬ ਸਾਰੇ ਕਲਾਕਾਰ ਸੀ ਮੈਂ ਕਿਹਦਾ ਕਿਹਦਾ ਨਾਂ ਕਰਾਂ ਵਾ ਫਿਰ ਮਹਿਸੂਸ ਹੁੰਦਾ ਵੀ ਨਹੀਂ ਅਤੇ ਪਰ ਉੱਥੇ ਵੀ ਲੋਕਾਂ ਨੇ ਉਤਰਦੇ ਸਟੇਜ ਤੋਂ ਧੱਕੇ ਨਾਲ ਸੁਣਿਆ ਔਰ ਉਤਰਦਿਆਂ ਸਟੇਜ ਤੋਂ ਇੱਕੋ ਗੱਲ ਕਹੇ ਸਾਡੀਆਂ ਬੱਚੀਆਂ ਨੇ ਵੀ ਕੋਈ ਸਾਡੀਆਂ
ਭੈਣਾਂ ਨੇ ਵੀ ਬਾਈ ਮੇਲਾ ਲੁੱਟ ਕੇ ਲੈ ਚੱਲਿਆ, ਐਂ ਹੀ ਕਹਿੰਦੀਆਂ ਸੀ ਦੇਸੀ ਬੋਲੀ, ਬਾਈ ਨੇ ਮੇਲਾ ਲੁੱਟ ਲਿਆ ਭਾਈ ਜਦੋਂ ਅਸੀਂ ਦੋਨਾਂ ਨੇ ਗਾਇਆ। ਅਤੇ ਕਹਿਣ ਤੋਂ ਮਤਲਬ ਹੈ ਵੀ ਸਾਨੂੰ ਅੱਜ ਵੀ ਜਿਹੜਾ ਉੱਥੇ ਵੀ ਇਕੱਠ ਬਹੁਤ ਸੀ, ਤੇ ਕਹਿਣ ਤੋਂ ਮਕਸਦ ਇਹਨਾਂ ਵੀ ਸਾਡੇ ਅਖਾੜਿਆਂ 'ਚ ਤਾਂ ਇਕੱਠ ਹੁੰਦਾ, ਇਹਦਾ ਸਾਨੂੰ ਬਾਕੀ ਦਾ ਨਹੀਂ ਪਤਾ। ਇਹ ਤਾਂ ਗੱਲ ਸਰੋਤਿਆਂ ਦੀ ਹੋ ਗਈ, ਤੁਸੀਂ ਇੰਨੇ ਦਹਾਕੇ ਦਾ ਲੰਮਾ ਸਮਾਂ ਜਿਹੜਾ ਉਹ ਤੈਅ ਕੀਤਾ, ਕਈ ਨਵੇਂ ਪੂਰ ਦੇ ਗਾਇਕ ਵੀ ਵੇਖੇ, ਕਈ ਪੁਰਾਣੇ ਪੂਰ ਦੇ ਗਾਇਕ ਵੀ ਵੇਖੇ, ਗਾਇਕਾਂ 'ਚ ਕਿੰਨੀ ਕੁ ਤਬਦੀਲੀ ਆ ਗਈ, ਖਾਸ ਕਰਕੇ ਦੁਗਾਣਾ ਗਾਇਕੀ 'ਚ? ਤੁਹਾਡੇ ਵੇਲਿਆਂ ਦੇ ਵਿੱਚ ਨੋਕ ਝੋਕ, ਤੱਤਾ, ਮਿੱਠਾ, ਸਲੂਣਾ ਹੋਰ ਤਰ੍ਹਾਂ ਦਾ ਸੀ, ਅੱਜ ਹੋਰ? ਦੇਖੋ ਜੀ, ਦੁਗਾਣੇ ਦੀ ਗੱਲ ਤਾਂ ਇਹ ਹੈ, ਅਸੀਂ ਤਾਂ ਜਿਹੜੇ ਪਿਆਰ ਮੁਹੱਬਤ ਦੀ ਗੱਲ ਜਾਂ ਰਿਸ਼ਤਿਆਂ ਦੀ ਗੱਲ ਤਰਜਮਾਨੇ 'ਚ ਉਹ ਗੀਤ ਗਾਏ। ਅੱਜ ਦੇ ਦੌਰ ਦੇ ਗੀਤ ਤਾਂ ਪਸਤੌਲ ਤੋਂ ਸ਼ੁਰੂ ਹੁੰਦਾ, ਗੰਡਾਸੇ ਤੋਂ ਸ਼ੁਰੂ ਹੁੰਦਾ, ਕਿਰਪਾਨ ਤੋਂ ਸ਼ੁਰੂ ਹੁੰਦਾ ਜਾਂ ਰਿਵਾਲਵਰ ਤੋਂ ਸ਼ੁਰੂ ਹੁੰਦਾ, ਅਸਾਲਟਾਂ ਤੋਂ ਸ਼ੁਰੂ ਹੁੰਦਾ ਜੀ। ਹੁਣ ਦੱਸੋ ਵੀ ਪਿਆਰ ਮੁਹੱਬਤ ਦੀ ਗੱਲ, ਜਿਹੜੀ ਪਿਆਰ ਦੀ ਗੱਲ ਹੈ ਨਾ, ਪਿਆਰ ਕਰਨਾ ਤਾਂ ਇੱਕ ਯਾਰ ਨਾਲ ਜੀ ਹਜ਼ੂਰੀ ਹੁੰਦੀ, ਖਿਦਮਤ ਹੁੰਦੀ ਹੈ ਉਹਨੂੰ ਹਾਸਲ ਕਰਨ ਵਾਸਤੇ। ਵੇਖੋ ਕਵਾਲ ਵੀ ਗਾਉਂਦੇ ਨੇ ਤੇ ਉਹ ਜਦੋਂ ਕਹਿਣਗੇ ਯਾਰ ਨੂੰ ਮੁਖਾਤਬ ਕਰਕੇ ਕਹਿੰਦੇ ਆ, ਸਮਝੀ ਗੱਲ। ਜਿਹੜੇ ਭਗਤ ਵੀ ਹੁੰਦੇ ਨੇ ਉਹ ਆਪਦੇ ਆਪ ਨੂੰ ਰੱਬ ਦੇ ਮਸ਼ੂਕ ਗਿਣਦੇ, ਸਮਝੀ ਗੱਲ, ਪਿਆਰ ਦੀ ਗੱਲ। ਅਤੇ ਜੇ ਉਹਨੂੰ ਕਿਸੇ ਦੀ ਕੰਨ ਪੜੀ ਤੇ ਉੱਥੇ ਜਾ ਕੇ ਵਿਚਾਰੇ ਨੂੰ ਕਹਿੰਦੇ ਵੀ ਤੂੰ ਮੈਨੂੰ ਪਿਆਰ ਕਰਦੀਆਂ ਕਿ ਨਹੀਂ, ਔਰ ਪਿਆਰ ਆਉਣਾ ਉਹ ਤਾਂ ਬੇਹੋਸ਼ ਹੋ ਜਾਵੇ ਪਹਿਲਾਂ, ਉਹਦੀ ਤਾਂ ਪੌਂਦੜ ਕੇ ਮਰ ਜੂ, ਉਹਨੂੰ ਪਿਆਰ ਕਿੱਧਰੋਂ ਆ ਜੂ ਬਈ। ਨਸ਼ਾ ਪਤਾ, ਇੱਕ ਗੱਲ ਹੋਰ ਵੀ ਨਸ਼ਾ ਪਤਾ ਕੀਤਾ ਹੋਵੇ, ਗੋਡੇ ਗੋਡੇ ਡੜਿਆਣ ਮਾਰਦੀ ਹੋਵੇ ਮੁੜਕੇ ਨਾਲ, ਬੋ ਮਾਰਦੀ ਹੋਵੇ, ਉਹਨੂੰ ਦੱਸ ਪਿਆਰ ਕਿੱਧਰੋਂ ਆਊਗਾ, ਉਹਦਾ ਗੋਭੀ ਤੋਂ ਮਗਰੋਂ ਲੈਣ ਵਾਲੀ ਗੱਲ ਕਰਨਾ। ਬਿਲਕੁਲ ਸਹੀ ਗੱਲ, ਪਿਆਰ ਲਾਲ ਦਵਾਈ ਨਾਲ ਨਹਾ ਕੇ ਬੇਹੱਦ ਜ਼ਿਆਦਾ ਪਾਗਲਪਨ ਤੇ ਮੂਰਖਤਾ ਸਮਝਦਾ ਜੀ। ਜਿਸ ਕਲਾਕਾਰ ਦੀ ਕਰੇਜ਼ ਹੈ ਫੋਟੋ ਤੋਂ ਲੋਕ ਉਹਦੇ ਨਾਲ ਖਿਚਾਉਣਗੇ, ਹੁਣ ਤੁਰੇ ਜਾਂਦੇ ਐਵੇਂ ਬਾਉਂਸਰ ਨਾਲ ਵੀ ਕਹਿ ਦਿਓ ਤਾਂ ਕਿਤੇ ਕਦੋਂ ਫੋਟੋ ਖਿਚਾਉਂਦਾ, ਅਗਲਾ ਕਹਿੰਦਾ ਦਫਾ ਕਰੋ, ਪਤਾ ਨਹੀਂ ਕੀ ਲਟੈਣ ਜੀ ਲਟੈਣ ਜੀ, ਇਹ ਨਹੀਂ ਗੱਲ। ਨਾਲੇ ਸਰੋਤਿਆਂ ਦੇ ਪਚਾਏ ਸਰੋਤਿਆਂ, ਦੇਖੋ ਅਸੀਂ ਗਾਇਕ ਸਰੋਤਿਆਂ ਦੇ ਹਾਂ ਜੀ ਜੀ, ਠੀਕ ਹੈ ਜੀ, ਅਸੀਂ ਸਰੋਤਿਆਂ ਨੂੰ ਵੀ ਝਿੜਕੀ ਜਾਂਦੇ, ਸਰੋਤਿਆਂ ਨੂੰ ਵੀ ਪਰੇ ਹਟਾ ਕੇ ਗੱਲ ਕੀ ਆ ਵੀ ਫੋਟੋ ਖਿਚਾਉਣਾ ਕੀ ਹੁੰਦਾ। ਪ੍ਰੋਗਰਾਮ ਤੇ ਰਾਣੀ ਜੀ ਕੋਲੇ ਬੈਠੇ, ਇਹਨਾਂ ਨੂੰ ਪੁੱਛੋ ਜੀ, ਜਦੋਂ ਅਸੀਂ ਪ੍ਰੋਗਰਾਮ ਤੋਂ ਸਮਾਪਤ ਕਰਦੇ ਹਾਂ ਤੁਸੀਂ ਹੈਰਾਨ ਮਨ ਹੋ ਗਏ, ਮੈਨੂੰ ਅੱਧਾ ਘੰਟਾ ਪੌਣਾ ਘੰਟਾ ਨਹੀਂ ਬਹਿਣ ਦਿੰਦੇ ਲੋਕ, ਚੱਗਾ ਪੜਨ ਤਾਂ ਹੀ ਜਾਂਦੇ, ਮੈਂ ਸੈਲਫੀ ਕਰਾਉਣੀ, ਮੈਂ ਕਰਾਉਣੀ, ਕਰਾ ਲੈ ਭਾਈ ਕੋਈ ਗੱਲ, ਸਿਰਫ ਇਹ ਮੈਨੂੰ ਉਦੋਂ ਅਹਿਸਾਸ ਹੁੰਦਾ ਵੀ ਯਾਰ ਮੈਂ ਇੰਨੀ ਉਮਰ 'ਚੋਂ ਲੰਘ ਰਿਹਾ, ਕਿੰਨਾ ਪਿਆਰ ਕਰਦੇ ਲੋਕ, ਕਿੰਨਾ ਅੱਜ ਵੀ ਅਥਾਹ ਪਿਆਰ ਹੈ। ਦੇਖ ਜੇ ਪੁੱਛਣ ਵਾਲਾ ਵੀ ਜੀ ਕੋਈ ਫੋਟੋ ਖਿਚਾਉਂਦਾ ਹੈ ਤਾਂ ਮੇਰਾ ਕਿਹੜਾ ਕਮੀਜ਼ ਲਾ ਕੇ ਲੈ ਜਾਂਦਾ, ਬਿਲਕੁਲ ਸਮਝਣ ਦੀ ਗੱਲ ਤਾਂ ਇਹ ਵੀ ਜਿੰਨੀਆਂ ਫੋਟੋ ਕਰਾਉਣਗੇ ਇਹਦਾ ਮਤਲਬ ਕਿ ਤੁਹਾਨੂੰ ਸਾਬਤ ਕਰਦੇ ਸਰੋਤਿਆਂ ਨੂੰ ਵੀ ਅਸੀਂ ਇਹਦੇ 'ਚ ਹਿੱਤੇ ਹਾਂ। ਅਤੇ ਫਿਟੇ ਮੂੰਹ ਤਿੰਨ ਬਾਉਂਸਰ ਸਰਾਣੇ ਖਿਲਾਰ ਕੇ ਕਹਿੰਦਾ ਮੈਂ ਫੋਟੋ ਨਹੀਂ ਖਿਚਾਉਣੀ, ਨਹੀਂ ਖਿਚਾਉਣੀ, ਨਾ ਖਿਚਾ, ਤੇਰੇ ਵਰਗੇ 50 ਤੁਰੇ ਫਿਰਦੇ ਜੀ। ਸਹੀ ਗੱਲ ਹੈ, ਬਿਲਕੁਲ ਸਹੀ ਹੈ, ਬਿਲਕੁਲ ਸਹੀ, ਇਹ ਸੱਚੀ ਗੱਲ ਕਹਿ ਰਹੇ ਹੋ ਤੁਸੀਂ ਸੱਚੀ ਜੀ, ਕਿਉਂਕਿ ਸਾਨੂੰ ਸਗੋਂ ਉਤਰ ਕੇ ਚਾਹੇ ਗਰੀਬ ਹੈ, ਮੈਨੂੰ ਅਜੇ ਉਹ ਚੈਨਲ ਹੈ ਜੀ ਵੀਰੂ ਜੀ, ਉਹਦਾ ਚੈਨਲ ਹੈ ਰੂਹ ਪੰਜਾਬ ਦੀ ਜੀ, ਸਾਨੂੰ ਗਾਉਣ ਦਾ ਮੌਕਾ ਮਿਲਿਆ। ਦੇਖੋ ਹੈਰਾਨਗੀ ਦੀ ਗੱਲ, ਇਹ ਮੇਰੀ ਅਹਿਮ ਮੇਰੇ 'ਚ ਵਾਕਿਆ ਹੈ, ਇਹ ਅੱਜ ਤੋਂ ਵੱਧ ਮਹੀਨਾ ਇੱਕ ਹੋਇਆ ਉਹਨਾਂ ਦੇ ਪ੍ਰੋਗਰਾਮ 'ਚ ਜੀ, ਅਸੀਂ ਲਾਈਵ ਪ੍ਰੋਗਰਾਮ ਕਰ ਰਹੇ ਸੀ, ਅਸੀਂ ਸ਼ੂਟਿੰਗ ਨਹੀਂ ਕੀਤੀ, ਸਿਰਫ ਸਰੋਤਿਆਂ ਨੇ ਬਸ ਸੱਦਿਆ ਸੀ ਵੀ ਤੁਸੀਂ ਲਾਈਵ ਗਾ ਦਿਓ ਜੀ, ਪਿੰਡ ਇੰਨਾ ਸ਼ੌਕੀਨ। ਅੱਛਾ ਗਾ ਕੇ ਸੁਣਿਆ ਗੀਤ ਉਹਨੇ, ਬਹੁਤ ਸੁਣਿਆ, ਉੱਥੇ ਇੱਕ ਬਈਆ, ਬਈਆ ਦੀ ਉਮਰ ਕੋਈ 50 ਸਾਲ ਹੋਣੀ ਹੈ, ਅੱਛਾ ਜੀ, ਟੱਠੀ ਜੀ ਉਹਦੇ ਪਟਕਾ ਬੰਨਿਆ, ਅਤੇ ਉਹ ਆਇਆ ਨਾ, ਜਦੋਂ ਆਇਆ ਤਾਂ ਉਹ ਆਣ ਕੇ ਕਹਿੰਦਾ ਬਾਬੂ ਜੀ ਆਪਕਾ ਬਹੁਤ ਅੱਛਾ ਗਾਣਾ ਹੈ। ਵਾਹ, ਮੈਂ ਕਿਹਾ ਅੱਛਾ ਯਾਰ ਤੈਨੂੰ ਸਮਝ ਆਈ? ਹਾਂ ਸਮਝ ਆਤਾ ਹੈ, ਉਹ ਕਹਿ ਕੇ ਨਾ ਤੇ ਉਹਨੂੰ ਉਹ ਜਿਹੜੇ ਦਰਸ਼ਕ ਸੀਗੇ ਉਹ ਦੂਜੇ ਉਹ ਘਰ ਵਾਲੇ ਉਹ ਪਿੱਛੇ ਡਾਈ ਜਾਣ, ਮੈਂ ਕਿਹਾ ਬਾਈ ਗੱਲ ਸੁਣ ਇੱਕ ਮਿੰਟ ਥੋੜ੍ਹਾ ਜਿਹਾ ਪਿੱਛੇ ਜਾ, ਮੈਂ ਉਹਨੂੰ ਖਿੱਚ ਕੇ ਬੰਦੇ ਨੂੰ ਆਪਦੇ ਗਾਣ ਨਾਲ ਲਾ ਲਿਆ, ਮੈਂ ਕਿਹਾ ਗਰੀਬ ਹੈ ਤਾਂ ਕੀ ਹੈ। ਵਾਹ ਕੀ ਬਾਤ ਹੈ, ਇਹ ਬਈਆ ਨਹੀਂ, ਇਹ ਮੇਰਾ ਬਹੁਤ ਵੱਡਾ ਸਾਹਿਬ ਹੈ ਜਿਹੜਾ ਸਾਡੀ ਪੰਜਾਬੀ ਨੂੰ ਇੰਨਾ ਪਿਆਰ ਕਰਦਾ, ਇਹਨੂੰ ਤੁਸੀਂ ਝਿੜਕਦੇ ਹੋ, ਇਹਨੂੰ ਤੁਸੀਂ ਪਰੇ ਦਰਕਾਰਦੇ ਹੋ, ਕਿਉਂ ਦਰਕਾਰਦੇ ਹੋ? ਦੇਖੋ ਉਹਨੇ ਪੰਜਾਬੀ ਦਾ ਮਾਣ ਕੀਤਾ ਸਾਡੇ ਗਾਣੇ ਨੂੰ, ਚਾਹੇ ਉਹ ਸਮਝਿਆ ਚਾਹੇ ਨਹੀਂ ਸਮਝਿਆ, ਲੇਕਿਨ ਉਹਨੇ ਇਹ ਤਾਂ ਮਹਿਸੂਸ ਕੀਤਾ ਵੀ ਇਹ ਪੰਜਾਬੀ ਹੈ, ਅਗਲੋ ਤੁਸੀਂ ਇਹਨੂੰ ਧੱਕਾ ਦਿੰਦੇ ਨਾ। ਮੈਂ
10 ਬੰਦਿਆਂ ਨੂੰ ਕਿਹਾ ਹੋਣਾ ਵੀ ਇਹਦੀ ਸੈਲਫੀ ਬਣਾਓ ਬਈ, 10 ਬੰਦਿਆਂ ਨੂੰ ਕਿਹਾ ਹੋਣਾ ਇਹਦੀ ਫੋਟੋ ਖਿੱਚੋ ਬਈ, ਬੇਸ਼ੱਕ ਮੈਨੂੰ ਵੀ ਪਾ ਦੇ ਜੀ। ਤੁਸੀਂ ਗੱਲ ਕਹੀ ਸੀਗੀ ਕਿ ਜਿਹੜੇ ਬੰਦੂਕਾਂ ਵਾਲੇ, ਬੰਬਾਂ ਵਾਲੇ, ਗੰਡਾਸਿਆਂ ਵਾਲੇ ਗੀਤ ਗਾਉਂਦੇ ਆ, ਉਹਨਾਂ ਦੇ ਨਾਲ ਮੁਹੱਬਤ ਕਿਹਦੇ ਕਰਨੀ ਹੈ, ਪਰ ਤੁਹਾਡਾ ਗੀਤ ਵੀ ਸੀਗਾ ਵੀ ਕੰਧ ਤੋਂ ਗੰਡਾਸਾ ਸਿੱਟ ਦੇ, ਹਾਂਜੀ, ਉਹਦੇ ਬਾਰੇ ਕੀ ਕਹੋਗੇ? ਕੰਧ ਤੋਂ ਸਿੱਟਾਂ ਗੰਡਾਸਾ ਬੋਚੀਵੇਂ ਮਿੱਤਰਾ, ਉਹ ਮਹਿਸੂਸ ਕਰਦੀ ਹੈ ਵੀ ਤੇਰੇ ਗਲ ਆਣ ਕੇ ਜੇ ਲੋਕ ਪੈਂਦੇ ਆ ਤੇ ਮੈਂ ਤੇਰੀ ਮਦਦ ਕਰਦੀ ਹਾਂ, ਤੇ ਨਹੀਂ ਤਾਂ ਇੱਥੇ ਤਾਂ ਕੁੜੀਆਂ ਉਹ ਕਹਿ ਦਿੰਦੀਆਂ ਜੇ ਮਰਦਾ ਤਾਂ ਮਰੇ, ਮੈਂ ਕੀ ਕਰਾਂ, ਭੱਜ ਕੇ ਚੁੱਪ ਕਰਕੇ ਲੁਕ ਜਾਂਦੀਆਂ, ਹੈਂ, ਉਹਨਾਂ ਦਾ ਤਾਂ ਇੰਨਾ ਹੀ ਕੁਰਬਾਨੀ ਹੈ ਨਾ ਵੀ ਉਹਦੇ ਬਦਲੇ ਚੱਲ ਕੇ ਬੰਦਾ ਆਇਆ ਹੋਵੇ ਤੇ ਮੁੜ ਕੇ ਸਿੱਧਾ ਹੀ ਕਹਿੰਦੇ ਮੈਂ ਤਾਂ ਇਹਨੂੰ ਜਾਣਦੀ ਨਹੀਂ, ਤੇ ਅਗਲੇ ਉਹਨਾਂ 'ਚ ਵਾਹਣ ਕਰਕੇ ਰੱਖ ਦਿੰਦੇ ਆ, ਹੈਂ, ਸੋ ਅੱਗੇ ਉਹਨੂੰ ਸਿੱਧਾ ਕਰ ਲੈਂਦੇ ਆ। ਉਹ ਕਹਿਣ ਦਾ ਮਕਸਦ ਇਹਨਾਂ ਵੀ ਉਹ ਦਲੇਰੀ ਉਹਦੀ ਮੁਟਿਆਰ ਦੀ ਵਿਖਾਈ ਆ, ਨਾ ਕਿ ਲੜਾਈ ਵਿਖਾਈ ਆ, ਦਲੇਰੀ ਵਿਖਾਈ ਆ ਵੀ ਤੂੰ ਡਰਨਾ, ਮੈਂ ਤੇਰਾ ਸਾਥ ਦੇ ਰਹੀ ਹਾਂ, ਜੇ ਇਹ ਲੋਕ ਤੇਰੇ ਉਲਟ ਨੇ ਸਾਰੇ ਤਾਂ ਮੇਰੇ ਪਿੱਛੇ ਤੇਰੇ ਨਾਲ ਹੋ ਰਹੀ ਹੈ ਨਾ, ਤੇ ਮੇਰੀ ਕੁਰਬਾਨੀ ਹੈ ਕਿ ਮੈਂ ਤੇਰੇ ਨਾਲ। ਇੱਕ ਨਾ ਇਹਨਾਂ ਦਾ ਗੀਤ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਸੰਬੰਧਿਤ ਹੈ, ਉਸ ਗੀਤ ਦੇ ਵਿੱਚ ਇਹਨਾਂ ਨੇ ਸਮਝਾਉਣੀ ਵੀ ਦਿੱਤੀ ਆ। ਦੇਖੋ ਹਰ ਸਮਾਜ ਦੇ ਵਿੱਚ, ਹਰ ਸੂਬੇ ਦੇ ਵਿੱਚ, ਹਰ ਵਰਗ ਦੇ ਵਿੱਚ, ਭਾਈਚਾਰੇ 'ਚ ਕਈ ਲੋਕ ਗਲਤ ਹੁੰਦੇ ਆ ਤੇ ਉਹ ਕੁਝ ਕੁ ਲੋਕ ਆ ਜਿਹੜੇ ਉਹ ਸਾਰੇ ਸਮਾਜ ਨੂੰ ਗਲਤ ਬਣਾ ਦਿੰਦੇ ਆ, ਉਹਨਾਂ ਨੇ ਨਾ ਅਕਸ ਨੂੰ ਖਰਾਬ ਕਰਕੇ ਰੱਖ ਦਿੰਦੇ ਆ, ਇੱਕ ਮੱਛੀ ਸਾਰੇ ਤਲਾਬ। ਬਿਲਕੁਲ, ਤੇ ਉਹ ਗਾਣਾ ਆਪਾਂ ਸੁਣਾਂਗੇ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ। ਉਹਦੀ ਹਾਜ਼ਰ ਹੈ ਜੱਜ ਦਾ ਵਿਚਾਰ। ਹੁਣ ਵਾਰੀ ਆ ਗਈ ਉਸ ਗੀਤ ਦੀ ਜਿਹਦਾ ਜ਼ਿਕਰ ਆਪਾਂ ਵਕਫੇ ਤੋਂ ਪਹਿਲਾਂ ਕੀਤਾ ਸੀ, ਤੇ ਆਪਾਂ ਪਹਿਲਾਂ ਉਹ ਗੀਤ ਸੁਣ ਲਈਏ। ਪਹਿਲਾਂ ਗੀਤ ਸੁਣਦੇ ਆ ਤੇ ਬਾਅਦ ਦੇ ਵਿੱਚ ਜਾਣਾਂਗੇ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਭਈਏ ਕਿਉਂ ਕਿਹਾ, ਬਿਲਕੁਲ ਕੀ ਕਾਰਨ ਸੀਗਾ, ਕੀ ਗੱਲ ਸੀ, ਵਿਚਲਾ ਮਾਜ਼ਰਾ ਕੀ ਆ? ਹਾਂਜੀ ਸਰ, ਗੱਲ ਇਹ ਹੈ ਵੀ ਇਹ ਗੀਤ ਦਾ ਮਤਲਬ ਸਿਰਫ ਇਹ ਸੀ, ਕੁਝ ਤਾਂ ਲੋਕਾਂ ਦੀ ਵਿੱਚ ਜਾਗਰਤੀ ਲਾਉਣ ਵਾਸਤੇ, ਇਹ ਸੁਝਾਅ ਦੇਣ ਵਾਸਤੇ ਵੀ ਦੋਸਤੋ ਆਪਣੇ ਪੰਜਾਬੀਆਂ 'ਤੇ ਤੁਸੀਂ ਵਿਸ਼ਵਾਸ ਨਹੀਂ ਕਰਦੇ, ਫਿਰ ਵੀ ਅੱਖ ਸ਼ਰਮ ਹੁੰਦੀ ਹੈ ਸਾਡੇ ਪਿੰਡਾਂ ਦੇ ਹੁੰਦੇ ਆ ਉਹਨੂੰ ਦਿਹਾੜੀ ਨਹੀਂ ਲਾਉਂਦੇ, ਇਹ ਸਸਤਾ ਕਰਕੇ ਭਾਲ ਲੈਂਦੇ ਬਈਆਂ ਨੂੰ ਸਟੇਸ਼ਨਾਂ ਤੋਂ ਜਿਨ੍ਹਾਂ ਦਾ ਕੋਈ ਐਡਰੈਸ ਨਹੀਂ ਹੁੰਦਾ, ਉਹ ਵਾਕੇ ਕਰਕੇ ਇੱਧਰ ਆ ਜਾਂਦੇ ਆ, ਇੱਥੋਂ ਵਾਕੇ ਕਰਕੇ ਭੱਜ ਜਾਂਦੇ। ਉਹ ਪਰ ਇੱਕ ਪੜ੍ਹਿਆ ਲਿਖਿਆ ਮੁੰਡਾ ਉਹ ਆਪਦੀ ਸਰਦਾਰਨੀ ਨੂੰ ਸਮਝਾਉਂਦਾ ਵੀ ਤੂੰ ਐਂ ਕਰਿਆ ਕਰ, ਆਪਣੇ ਮੋਟਰ ਦੇ ਬਹੁਤ ਦੂਰ ਇੱਥੇ ਬਈਏ ਬੈਠੇ ਆ, ਢੇਰੀ ਲੱਗੀ ਪਈ ਆ, ਅਤੇ ਤੂੰ ਇੱਕ ਤਾਂ ਆਪਦਾ ਧਿਆਨ, ਇੱਕ ਬੱਚਿਆਂ ਦਾ ਧਿਆਨ, ਇੱਕ ਮਾਂ ਬਾਪ ਦਾ ਧਿਆਨ, ਇੱਕ ਪਸ਼ੂ ਡੰਗਰ ਦਾ, ਪੈਸੇ ਧੇਲੇ ਦਾ ਧਿਆਨ ਰੱਖਿਆ ਕਰ ਵੀ ਇਹ ਲੋਕ ਵਾਕੇ ਬਹੁਤ ਕਰਦੇ ਆ। ਉਹਨੂੰ ਗਾ ਕੇ ਦੱਸਣ ਲੱਗਿਆ ਸੀ ਬਈ ਇਹ ਗੱਲ ਸਾਰੀ ਆਹ ਸੀ ਵੀ ਉਹਨੂੰ ਸਮਝਾਉਂਦਾ ਵੀ ਇਹਨਾਂ 'ਤੇ ਵਿਸ਼ਵਾਸ ਨਹੀਂ ਕਰੀਦਾ, ਉਹ ਬੰਦਾ ਤਾਂ ਸਮਝਾਉਂਦਾ, ਉਹ ਥੋੜ੍ਹਾ ਜਿਹਾ ਤਾਰੀਫ ਕਰਦੀ ਵੀ ਚੱਲ ਸਸਤੇ ਕਰਕੇ ਆਏ ਆ, ਉਹ ਜੇ ਸਸਤੇ ਆ ਤੇ ਸਾਰੇ ਕੰਮ ਵੀ ਸਸਤੇ ਕਰ ਜਾਂਦੇ, ਆਹ ਗੱਲ ਕਰਨ ਲੱਗੇ। ਉਹ ਬਿਨਾਂ ਕੰਮ ਤੋਂ ਵਾੜੇ ਦੇ ਵਿੱਚ ਜਾਇਆ ਨਾ ਕਰ ਤੂੰ, ਨੀ ਨੇਰ ਸਵੇਰੇ ਲੱਕੜ ਬਾਲਣ ਲਿਆਇਆ ਨਾ ਕਰ ਤੂੰ, ਉਹ ਨੇਰ ਸਵੇਰੇ ਲੱਕੜ ਬਾਲਣ ਲਿਆਇਆ ਨਾ ਕਰ ਤੂੰ, ਉਹ ਕਈ ਦਿਨਾਂ ਤੋਂ ਇੱਥੇ ਡੇਰੇ ਲਾਤੇ ਬਈਆਂ ਨੇ, ਤੇ ਕਈ ਦਿਨਾਂ ਤੋਂ ਇੱਥੇ ਡੇਰੇ ਲਾਤੇ ਬਈਆਂ ਨੇ, ਪਤਾ ਲੱਗੂ ਜਦ ਤੈਨੂੰ ਚੌਲ ਛਕਾ ਤੇ ਬਈਆਂ ਨੇ, ਉਹ ਪਤਾ ਲੱਗੂ ਜੇ ਤੈਨੂੰ ਚੌਲ ਖਵਾ ਤੇ ਬਈਆਂ ਨੇ। ਇਹ ਮਜ਼ਦੂਰ ਵਿਚਾਰੇ ਦੱਸ ਕੇ ਤੈਨੂੰ ਕਹਿੰਦੇ ਵੇ, ਹਰਦਮ ਬੀਬੀ ਬੀਬੀ ਮੈਨੂੰ ਕਰਦੇ ਰਹਿੰਦੇ ਵੇ, ਕਿਉਂ ਝੂਠਾ ਇਲਜ਼ਾਮੇ ਨਾ ਦੇ ਸਿਰ ਤੇ ਧਰਦਾ ਤੂੰ, ਕਿਉਂ ਝੂਠਾ ਇਲਜ਼ਾਮੇ ਨਾ ਦੇ ਸਿਰ ਤੇ ਧਰਦਾ ਤੂੰ, ਵੀ ਇੱਜ਼ਤਦਾਰ ਨੇ ਬਈਏ ਐਵੇਂ ਕਿਉਂ ਸ਼ੱਕ ਕਰਦਾ ਤੂੰ, ਹਾਈ ਇੱਜ਼ਤਦਾਰ ਨੇ ਬਈਏ ਐਵੇਂ ਕਿਉਂ ਸ਼ੱਕ ਕਰਦਾ ਤੂੰ, ਉਹ ਬਿਨਾਂ ਕਰਦ ਤੋਂ ਛਿੱਲ ਦਿੰਦੇ ਨੇ ਮੁਰਗੀ ਮਰਗੀ ਨੂੰ, ਤੇਰਾ ਮੂੰਹ ਵਿਸ਼ਨੂੰ ਕੀ ਸਮਝਦੇ ਤੇਰੇ ਵਰਗੀ ਨੂੰ, ਪੜੇ ਅਖਬਾਰਾਂ ਬਹੁਤ ਸਜਾਪੇ ਪਾ ਤੇ ਬਹੀਆਂ ਨੇ, ਉਹ ਪਤਾ ਲੱਗੂ ਜਦ ਤੈਨੂੰ ਚੌਲ ਛਕਾ ਤੇ ਬਹੀਆਂ ਨੇ, ਥੱਕੇ ਟੁੱਟੇ ਜਦੋਂ ਸ਼ਾਮ ਨੂੰ ਘਰ ਨੂੰ ਆਉਂਦੇ ਵੇ, ਤੇ ਰੁੱਖੀ ਮਿੱਸੀ ਖਾ ਕੇ ਆਪਣਾ ਟਾਈਮ ਟਪਾਉਂਦੇ ਵੇ, ਹਾਈ ਗਊਆਂ ਵਰਗੇ ਹੈ ਨੇ ਵਿਚਾਰੇ ਕਾ ਤੋਂ ਡਰਦਾ ਤੂੰ, ਵੇ ਗਊਆਂ ਵਰਗੇ ਹੈ ਨੇ ਵਿਚਾਰੇ ਕਾ ਤੋਂ ਡਰਦਾ ਤੂੰ, ਹਾਈ ਇੱਜ਼ਤਦਾਰ ਨੇ ਬਹੀਏ ਐਵੇਂ ਕਿਉਂ ਸ਼ੱਕ ਕਰਦਾ ਤੂੰ, ਉਹ ਜ਼ਿੰਮੇਵਾਰੀ ਨਾ ਲਈਏ ਇਹਨੇ ਕੀਦੇ ਮਿੱਤਰ ਨੀ, ਬਈ ਜ਼ਿੰਮੇਵਾਰੀ ਨਾ ਲਈਏ ਇਹਨੇ ਕੀਦੇ ਮਿੱਤਰ ਨੀ, ਇਹ ਸਣੇ ਜਵਾਕਾਂ ਤੀਵੀ ਲੈ ਕੇ ਹੋ ਜਾਣ ਤਿੱਤਰ ਨੀ, ਮੁੱਛਾਂ ਖੜੀਆਂ ਕਰਨੋ ਬਹੁਤ ਹਟਾ ਤੇ ਬਹੀਆਂ ਨੇ, ਉਹ ਮੁੱਛਾਂ ਖੜੀਆਂ ਕਰਦੇ ਬਹੁਤ ਹਟਾ ਤੇ ਬਹੀਆਂ ਨੇ, ਬਈ ਪਤਾ ਲੱਗੂ ਜਦ ਤੈਨੂੰ ਚੌਲ ਛਕਾ ਤੇ ਬਹੀਆਂ ਨੇ, ਦੇ ਸਿਰ ਨਾ ਕਿਸੇ ਦਾ ਸਾੜਾਂ ਗੱਲਾਂ ਕਰੇ ਲਿਜਾਣ ਦੀਆਂ, ਮੈਂ ਸਿਰ ਨਾ ਕਿਸੇ ਦਾ ਸਾੜਾਂ ਗੱਲਾਂ ਕਰੇ ਲਿਜਾਣ ਦੀਆਂ, ਵੇ ਤੇਰੇ ਬਿਨਾਂ ਟੱਪਾਂ ਹੱਦਾਂ ਚੱਕ ਕਲਿਆਣ ਦੀਆਂ,
ਵੇ ਸੁਣ ਜਗਦੇਵ ਸਹੋਤੇ ਕਿਉਂ ਵਿੱਚੇ ਵਿੱਚ ਖੜਦਾ ਤੂੰ, ਹਾਏ ਸੁਣ ਜਗਦੇਵ ਸਹੋਤੇ ਕਿਉਂ ਵਿੱਚੇ ਵਿੱਚ ਖੜਦਾ ਤੂੰ, ਵੇ ਇੱਜ਼ਤਦਾਰ ਨੇ ਬਈਏ ਐਵੇਂ ਕਿਉਂ ਸ਼ੱਕ ਕਰਦਾ ਤੂੰ। ਅਬੀਆ ਤਾਂ ਬੀਬੀ ਜੀ ਗੱਲ ਇੰਨੀ ਕਹਿ ਗਿਆ ਨੀ, ਤੇ ਕੱਲ ਕਿਸੇ ਦੀ ਮੱਝ ਖੋਲ ਕੇ ਡੰਡੀ ਪੈ ਗਿਆ ਨੀ, ਉਹ ਪੈਸੇ ਖਾਤਰ ਗੱਡੀ ਬਹੁਤ ਚੜਾ ਤੇ ਬਹੀਆਂ ਨੇ, ਨਹੀਂ ਪਤਾ ਲੱਗੂ ਦਾ ਤੈਨੂੰ ਚੌਲ ਖਵਾ ਤੇ ਬਹੀਆਂ ਨੇ। ਬੇਆ ਗੱਲ ਤੇਰੀ ਮੰਨੀ ਹੁਣ ਤੂੰ ਛੱਡ ਮਜ਼ਾਕਾਂ ਨੂੰ, ਵੇ ਮੈਂ ਨਾ ਇਹਨਾਂ ਕੋਲੇ ਖੇਡਣ ਦਿਆਂ ਜਵਾਕਾਂ ਨੂੰ, ਆ ਗੱਲ ਤੇਰੀ ਮੰਨੀ ਹੁਣ ਤੂੰ ਛੱਡ ਮਜ਼ਾਕਾਂ ਨੂੰ, ਵੇ ਮੈਂ ਨਾ ਇਹਨਾਂ ਕੋਲੇ ਖੇਡਣ ਦਿਆਂ ਜਵਾਕਾਂ ਨੂੰ, ਵੇ ਉਂਜ ਵੀ ਤੇਰਾ ਦਬਕਾ ਨਾਲੇ ਸਰਦਾ ਵਰਦਾ ਤੂੰ, ਵੇ ਉਂਜ ਵੀ ਤੇਰਾ ਦਬਕਾ ਨਾਲੇ ਸਰਦਾ ਵਰਦਾ ਤੂੰ, ਵੇ ਇੱਜ਼ਤਦਾਰ ਨੇ ਬਈਏ ਐਵੇਂ ਕਿਉਂ ਸ਼ੱਕ ਕਰਦਾ ਤੂੰ। ਨੀ ਮਾਰ ਕੇ ਮਿੱਠੀਆਂ ਗੱਲਾਂ ਲੈਣਾ ਜਾਣ ਬਿਹਾਰ ਅੜੀਏ, ਤੇ ਉੱਲੂ ਵਾਂਗੂ ਬੈਠਾ ਵੇਖੂਗਾ ਕਰਤਾਰ ਅੜੀਏ, ਮੇਰੇ ਵਰਗੇ ਬੜੇ ਸੜਕ ਤੇ ਬਾਤ ਵਈਆਂ ਨੇ, ਉਹ ਮੇਰੇ ਵਰਗੇ ਜੀ ਟੀ ਰੋਡ ਤੇ ਬਾਤ ਵਈਆਂ ਨੇ, ਨੀ ਪਤਾ ਲੱਗੂ ਜੇ ਤੈਨੂੰ ਚੌੜਕਵਾ ਤੇ ਵਈਆਂ ਨੇ। ਕਿਆ ਬਾਤ ਹੈ ਰਮਣਾ ਸਾਹਿਬ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਥੈਂਕ ਯੂ ਜੀ। ਗਾਣੇ ਸੁਣ ਕੇ ਹਾਂਜੀ ਜੀ ਇਉਂ ਲੱਗਾ ਵੀ ਜਿਵੇਂ ਕਿਸੇ ਪਿੰਡ ਦੇ ਅਖਾੜੇ ਦੇ ਵਿੱਚ ਅਸੀਂ ਬੈਠੇ ਹਾਂ ਜੀ, ਤੁਹਾਨੂੰ ਸੁਣ ਰਹੇ ਹਾਂ। ਹਾਂਜੀ, ਤੇ ਬਸ ਤੁਸੀਂ ਤੰਦਰੁਸਤ ਰਹੋ। ਤੁਹਾਡੇ ਗੀਤਾਂ ਦੀ ਖਾਸੀਅਤ ਇਹ ਵੀ ਹੈ ਕਿ ਜਦੋਂ ਗੀਤ ਚੱਲਦੇ ਨੇ ਨਾ, ਤੇ ਅੱਖਾਂ ਮੂਹਰੇ ਆਪਣੇ ਆਪ ਹੀ ਦ੍ਰਿਸ਼ ਘੁੰਮਣ ਲੱਗ ਜਾਂਦੇ ਨੇ, ਤੁਹਾਨੂੰ ਕੁਛ ਜ਼ਿਆਦਾ ਦਿਮਾਗ ਤੇ ਜ਼ੋਰ ਪਾ ਕੇ ਸੋਚਣਾ ਨਹੀਂ ਪੈਂਦਾ ਵੀਡੀਓ ਬਣਾਉਣ ਦੇ ਲਈ, ਬੜੀ ਕੋਈ ਕਲਾਬਾਜ਼ੀ ਦਿਖਾਉਣ ਦੀ ਲੋੜ ਨਹੀਂ। ਬਿਲਕੁਲ, ਉਵੇਂ ਹੀ ਨਾਲ ਨਾਲ ਅੱਖਾਂ ਮੂਹਰੇ ਦ੍ਰਿਸ਼ ਚੱਲਣ ਲੱਗ ਪੈਂਦੇ ਨੇ। ਦਰਸਲ ਬੇਟਾ ਜੀ, ਗਾਣਾ ਹੀ ਉਹ ਹੁੰਦਾ ਜੀ ਜਿਹਨੂੰ ਸੁਣਦੇ ਸਰ ਅਗਲਾ ਟੱਪਾ ਨਾ ਖੁਦ ਲੋਕ ਪੁੱਛ ਲੈਣ, ਗਾਣਾ ਉਹ ਹੁੰਦਾ। ਇੱਕ ਮਿੰਟ ਦੱਸੋ ਭਾਈ, ਜਿਵੇਂ ਹੁਣ ਤੁਸੀਂ 71 ਵਰਿਆਂ ਦੇ ਆ, ਹਾਂਜੀ, ਤੇ ਕਲਾਕਾਰ ਤਾਂ ਜਵਾਨ ਹੀ ਹੁੰਦਾ ਹਮੇਸ਼ਾ, ਤੁਸੀਂ ਤਾਂ ਲੱਗਦੇ ਵੀ ਹੋ, ਕੋਈ ਇਹੋ ਜਿਹਾ 1-2-3 ਗੀਤ ਜਿਹਨਾਂ ਨੂੰ ਗਾਉਣ ਦਾ ਅਫਸੋਸ ਹੋਵੇ ਕਿ ਮੈਂ ਜਵਾਨੀ ਦੇ ਵੇਲੇ ਆਹ ਗਾਤੇ, ਬੁਢਾਪੇ ਦੇ ਵਿੱਚ ਜਾਂ ਇਸ ਉਮਰ ਦੇ ਪੜਾਅ ਦੇ ਉੱਤੇ ਤੁਹਾਨੂੰ ਲੱਗਦਾ ਹੋਵੇ ਵੀ ਇਹ ਨਾ ਗਾਉਂਦੇ ਤਾਂ ਵੀ ਸਰ ਜਾਣਾ ਸੀ? ਮੈਨੂੰ ਤਕਲੀਫ ਉਹ ਜ਼ਬਰਦਸਤੀ ਗਾਣਾ ਜਿਹੜਾ ਉਹ ਕੰਪਨੀ ਨੇ ਕਰਵਾਇਆ ਸੀ, ਮੇਰੀ ਸੋਚ ਦਾ ਗਾਣਾ ਨਹੀਂ ਸੀ। ਕਿਹੜਾ ਜੀ? ਮੈਂ ਆਪਣੀ ਸੋਚ ਦੀ ਗੱਲ ਕਰਦਾ, ਆਪਣੀ ਸੋਚ ਦੇ ਗਾਣੇ ਤਾਂ ਮੇਰੇ ਉਹ ਨੇ ਜਿਨ੍ਹਾਂ ਨੇ ਮੈਨੂੰ 40 ਸਾਲ ਦਾ ਸਥਿਰ ਗਾਉਣ ਵਾਲਾ ਬਣਾ ਕੇ ਰੱਖਿਆ। ਉਹ ਗਾਣੇ ਸੀ ਡਾਕਟਰ PhD ਸਰਜੀਤ ਸਿੰਘ ਕੋਲਜਾ ਸਾਹਿਬ ਸੀ, ਅੱਛਾ, ਉਹ ਸਵਰਗ ਸੁਧਾਰ ਗਏ, ਪਰ ਉਹਨਾਂ ਦੀ ਕਲਮ ਏਡੀ ਤਕੜੀ ਕਿ ਮੈਨੂੰ ਜ਼ਿੰਦਗੀ ਬਖਸ਼ ਗਏ ਉਹ। ਅੱਜ ਵੀ ਜਦੋਂ ਸਟੇਜ 'ਤੇ ਗਾਇਆ ਕਰਦੇ ਹਾਂ ਤਾਂ ਉਹਨਾਂ ਗੀਤਾਂ ਦੀ ਫਰਮਾਇਸ਼ ਜਦੋਂ ਲੋਕ ਪੜ੍ਹੇ ਲਿਖੇ ਮੁੰਡੇ ਕਰਦੇ ਆ ਨਾ, ਉਹ ਦੇਖੋ ਉਹਨਾਂ ਨੇ ਜਦੋਂ ਲਿਖਿਆ ਨਾ ਗੀਤ, ਉਹਨਾਂ ਨੇ ਗੀਤ ਲਿਖਣ ਦੇ ਵਿੱਚ ਇੰਨੀ ਮੁਹਾਰਤ ਹਾਸਲ ਸੀ ਵੀ ਉਹਨਾਂ ਨੇ ਗੀਤ ਲਿਖਿਆ ਜਦੋਂ ਵੀ ਲਿਖਿਆ ਸੁਝਾਅ ਲਿਖਿਆ, ਜਿਹੜਾ ਗੀਤ ਤੋਂ ਮੈਨੂੰ ਤਰੱਕੀ ਮਿਲੀ ਆ ਉਹ ਮੈਂ ਲੋਕਾਂ ਦੇ ਨਾਲ ਵੀ ਜਾ ਕੇ, ਜਦੋਂ ਇਕੱਲਾ ਮੈਨੂੰ ਗੀਤ ਦਾ ਟਾਈਮ ਦਿੰਦੇ ਸੀ ਉਹ ਵੀ ਗਾਉਂਦਾ ਸੀ, ਇਹ ਜੋਬਨ ਵੇਖਿਆ ਮੁੱਕਦਾ ਨਹੀਂ ਹਾਣੀ ਦੀ ਨਿਗਾਹ ਪਵਾ ਛੱਡੀਏ, ਕਦੇ ਗੱਲੀ ਗੱਲੀ ਗੱਲ ਕਰੀਏ, ਕਦੇ ਟੇਢੀ ਅੱਖ ਚੁਰਾ ਛੱਡੀਏ, ਕਦੇ ਨੱਕ ਵੱਟੀਏ, ਕਦੇ ਅੱਖ ਦੱਬੀਏ, ਕਦੇ ਮਿੱਠਾ ਜਿਹਾ ਮੁਸਕਾ ਛੱਡੀਏ, ਕਦੇ ਮੁੱਖ ਤੋਂ ਜ਼ੁਲਫਾਂ ਢਾ ਛੱਡੀਏ, ਕਦੇ ਸਿਰਕੇ ਨੂੰ ਸਿਰਕਾ ਛੱਡੀਏ, ਇਹ ਜੋਬਨ ਵੇਖਿਆ ਮੁੱਕਦਾ ਨਹੀਂ ਹਾਣੀ ਦੀ ਨਿਗਾਹ ਪਵਾ ਛੱਡੀਏ। ਇਹ ਗਾਣਾ ਜਾਂ ਅੱਖ ਮਿਲੇ ਤਾਂ ਨੀਵੀਂ ਪਾਵੇਂ ਮੁਟਿਆਰ ਨੂੰ ਕਿਹਾ, ਤੀਰੇ ਮੱਥੇ ਵੱਟ ਚੜਾਵੇਂ, ਚੁੰਨੀ ਸਾਂਭੇ ਪਾਸਾ ਵੱਟੇ ਰਾਹ ਜਾਂਦੀ ਰਾਹ ਉਲਟਾ ਜਾਵੇਂ, ਮਾਰ ਮਰੋੜਾ ਕੋਲ ਦੀ ਲੰਘੇ ਧਰਤੀ ਉੱਤੇ ਭਾਰ ਨਹੀਂ ਆਉਂਦਾ, ਇੱਕ ਵਾਰੀ ਤਾਂ ਖੜ ਕੇ ਦੱਸ ਜਾ ਕਿਉਂ ਮੱਖਣੇ ਤੈਨੂੰ ਪਿਆਰ ਨਹੀਂ ਆਉਂਦਾ। ਇੱਦਾਂ ਦੇ ਗੀਤ ਮੈਂ ਤਾਂ ਆਪ ਗਾਇਆ ਕਰਦਾ ਸੀ, ਜਾਂ ਸੱਚ ਕਹਾਂ ਤੇ ਮੈਨੂੰ ਡਰ ਕਾਹਦਾ, ਤੇਰਾ ਪਿਆਰ ਜਿਹਾ ਹੁੰਦਾ ਜਾਂਦਾ ਹੈ, ਇਹ ਕੰਮ ਮਤਲਬ ਦੇ ਮਿੱਤਰਾਂ ਦੇ ਇਤਬਾਰ ਜਿਹਾ ਹੁੰਦਾ ਜਾਂਦਾ ਹੈ, ਮੈਂ ਤਾਂ ਇਹ ਗਾਉਂਦਾ ਹੁੰਦਾ ਸੀ। ਉਦੋਂ ਗਾਣਿਆਂ ਵੱਲ ਤਾਂ ਦੁਕਾਨਦਾਰ ਦੀ ਦੋਸਤ ਨਹੀਂ, ਉਹ ਫਿਰ ਕਿਹੜਾ ਗੀਤ ਕਿਹੜਾ ਜਿਹਦਾ ਅਫਸੋਸ ਪਛਤਾਵਾ? ਉਹ ਅਫਸੋਸ ਦਾ ਗੀਤ, ਹਾਲਾਂਕਿ ਉਹ ਪ੍ਰੋਫੈਸਰ ਸੀ ਜਿਹਨੇ ਲਿਖਿਆ, ਹਾਂ ਪਾਲ ਸਿੰਘ ਸੀ, ਉਹਦਾ ਮੈਨੂੰ ਦੁੱਖ ਆ, ਹਾਲਾਂਕਿ ਉਹ ਪਿੱਛੇ ਵਿੱਚ ਗੀਤ ਦੇ ਜਾ ਕੇ ਐਂਡ ਜਿਹੜਾ ਬੜਾ ਅੱਛਾ ਹੈ, ਪਰ ਐਂਡ ਨੂੰ ਕੀ ਕਰਨਾ ਜਦੋਂ ਪਹਿਲਾਂ ਚੁੱਭਦੀ ਗੱਲ ਸੀ। ਬਿਲਕੁਲ ਸਹੀ, ਉਹ ਇਹ ਸੀ ਵੀ ਮਿਰਚਾਂ ਨਾ ਅੱਖੀਆਂ ਦੇ ਨਾਲ ਭੋਰ ਨੀ, ਤੇਰੇ ਜਿੰਨਾ ਠਿੱਠ ਨਾ ਕਰੇ ਕੋਈ ਹੋਰ ਨੀ, ਭਾਵੇਂ ਜਿੰਨਾ ਮਰਜ਼ੀ ਮਚਾਲੀ ਸ਼ੋਰ ਨੀ, ਚੜ ਗਈ ਜੇ ਧੱਕੇ ਬਦਲਾ ਤੂੰ ਤੋਰ ਨੀ, ਇਹ ਮੈਨੂੰ ਬਹੁਤ ਆਪਦੇ ਆਪ ਨੂੰ ਹੀਣਾ ਲੱਗਿਆ ਗੀਤ। ਅੱਛਾ, ਮੇਰੀ ਸੋਚ ਹੈ ਵੀ ਮਾੜਾ, ਮੈਂ ਕੁੜੀ ਦੇ ਬੋਲ ਉਹਦੇ ਵੀ ਬਹੁਤ ਪਿਆਰੇ ਸੀ, ਟੱਕਰੇ ਨੇ ਜਿੰਨੇ ਮੈਨੂੰ ਮੁੰਡੇ ਗੁੰਡੇ ਮੁੰਡਿਆ ਗਏ ਨੇ ਪਟਾਕੇ ਮੇਥੋਂ ਜੁੰਡੇ ਮੁੰਡਿਆ, ਵੱਡੇ ਵੱਡੇ ਵੈਲੀ ਲਾ ਤੇ ਵੱਡੇ ਵੱਡੇ ਵੈਲੀ ਲਾ ਤੇ ਪੁੰਜੇ ਮੁੰਡਿਆ,
ਪਿਆਰ ਨਹੀਂ ਜੋਰਾਂ ਨਾਲ ਹੁੰਦੇ ਮੁੰਡਿਆਂ ਗੱਲ ਤਾਂ ਉਹਦੀ ਇਹ ਜੇ ਤੁਹਾਨੂੰ ਕੋਈ ਕਹਿੰਦਾ ਵੀ ਇਹ ਗੀਤ ਗਾਓ ਸਟੇਜ ਤੇ ਤੁਸੀਂ ਨਹੀਂ ਗਾਉਂਦੇ ਕਦੀ ਨਹੀਂ ਗਾਇਆ ਕੋਈ ਫਰਮਾਇਸ਼ ਕਰੇ ਤਾਂ ਵੀ ਨਹੀਂ ਗਾਉਂਦੇ ਨਾ ਗਾਉਣਾ ਵੀ ਨਹੀਂ ਚਾਹੀਦਾ ਵਧੀਆ ਗੱਲ ਇਹ ਬਹੁਤ ਚੰਗੀ ਗੱਲ ਹੈ ਕਿ ਤੁਹਾਨੂੰ ਇਸ ਚੀਜ਼ ਦਾ ਪਛਤਾਵਾ ਹੈ ਕਿ ਇਹ ਗਲਤ ਬਹੁਤ ਜ਼ਿਆਦਾ ਪਛਤਾਵਾ ਮੈਨੂੰ ਤੇ ਪਰ ਮੇਰਾ ਦਿਲ ਨਹੀਂ ਸੀ ਕਰਦਾ ਤੇ ਕੁਛ ਫਿਰ ਮਜਬੂਰੀ ਇਹ ਸੀ ਵੀ ਉਹਨਾਂ ਨੇ ਪੈਸੇ ਦਿੱਤੇ ਹੋਏ ਸੀ ਕੈਸਟ ਜੀ ਜੀ ਠੀਕ ਹੈ ਉਹ ਉਹਦੇ ਉਹਦੇ ਤੋਂ ਵੀ ਪੈਸੇ ਲਏ ਸੀ ਉਹਨੇ ਕੈਸਟ ਦੇ ਮਾਲਕ ਨੇ ਜਿਹਦੀ ਕੰਪਨੀ ਸੀ ਉਹਨੇ ਤਾਂ ਪਵਾਇਆ ਮੈਨੂੰ ਮੈਂ ਇਹ ਗਲਤੀ ਬਹੁਤ ਵੱਡੀ ਮੰਨਦਾ ਸੀ ਜ਼ਿੰਦਗੀ ਦੀ ਮੈਨੂੰ ਇਹ ਗਾਉਣਾ ਨਹੀਂ ਚਾਹੀਦਾ ਜਿਵੇਂ ਪਰ ਮੇਰੀ ਵੀ ਮਜਬੂਰੀ ਸੀ ਅਸੀਂ ਦੁਕਾਨਦਾਰੀ ਵਾਸਤੇ ਗਾਉਂਦੇ ਸੀ ਤੇ ਮੈਨੂੰ ਉਹਨਾਂ ਦਾ ਮੱਥਾ ਡੰਮਣਾ ਪਿਆ ਨਹੀਂ ਤਾਂ ਮੇਰੀ ਸੋਚ ਜਿਵੇਂ ਸਦੀਕ ਸਾਹਿਬ ਤੇ ਬਾਬੂ ਸਿੰਘ ਮਾਨ ਦੀ ਜੋੜੀ ਰਹੀ ਆ ਕਿ ਉਹ ਲਿਖਦੇ ਸੀ ਤੇ ਉਹ ਗਾਉਂਦੇ ਸੀ ਰਣਜੀਤ ਕੌਰ ਨਾਲ ਤੁਹਾਡੀ ਜਿਹੜੀ ਪਛਾਣ ਆ ਉਹ ਰਹੀ ਆ ਕਿ ਵੱਖ ਵੱਖ ਗਾਇਕਾਵਾਂ ਨਾਲ ਮਿਰਜ਼ਾ ਸੰਗੋਵਾੜੀਏ ਦੇ ਲਿਖੇ ਹੋਏ ਗੀਤ ਸੰਗੋਵਾੜੀਏ ਨੂੰ ਅਧਰੰਗ ਦਾ ਦੌਰਾ ਪਿਆ ਹਾਲ ਚਾਲ ਠੀਕ ਉਹਨਾਂ ਦਾ ਤੁਹਾਡੇ ਨਾਲ ਰਾਬਤੇ ਦੇ ਵਿੱਚ ਨੇ ਨਹੀਂ ਮੇਰੇ ਰਾਬਤੇ 'ਚ ਨਹੀਂ ਹੈ ਅੱਛਾ ਮੈਂ ਥੋੜ੍ਹਾ ਜਿਹਾ ਵੱਖ ਇਸ ਕਰਕੇ ਹੋਇਆ ਇਹ ਦੱਸ ਦੇਣਾ ਵੀ ਸਰੋਤਿਆਂ ਨੂੰ ਜ਼ਰੂਰੀ ਚਾਹੀਦਾ ਜੀ ਜੀ ਜ਼ਰੂਰ ਵੀ ਉਹਨਾਂ ਨੇ ਮੇਰੇ ਨਾਲ ਕੁਛ ਥੋੜ੍ਹਾ ਜਿਹਾ ਧੱਕਾ ਕਰਕੇ ਅੱਛਾ ਕਿਉਂਕਿ ਉਹਨਾਂ ਨੇ ਗਾਣੇ ਹੋਰ ਵੀ ਕਿਸੇ ਆਰਟਿਸਟਾਂ ਤੋਂ ਗਵਾਏ ਆ ਜਿਹੜੇ ਤੁਹਾਨੂੰ ਦਿੱਤੇ ਹਾਂ ਨਹੀਂ ਵੈਸੇ ਜਿਹੜੇ ਗਾਣੇ ਉਹਨਾਂ ਦੇ ਹੋਰ ਕਿਸੇ ਦੇ ਗਾਣੇ ਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਕਿਹੜੇ ਸੰਗੀਤਕਾਰ ਆ ਸਾਡੇ ਗਾਣੇ ਕੁਦਰਤੀ ਰਾਸ਼ੀ ਮਿਲ ਗਈ ਸਾਡੇ ਗਾਣੇ ਜਿੰਨੇ ਵੀ ਅਸੀਂ ਗਾਏ ਉਹਦੇ ਹਿੱਟ ਹੋਏ ਲੇਕਿਨ ਉਹਦੀ ਮੂਰਖਤਾ ਸੀ ਕਿ ਜਦੋਂ ਵੀ ਮੇਰੇ ਕੋਲ ਫੋਨ ਕਰਨਾ ਮੈਂ ਉਹਨੂੰ ਮਦਦ ਦਿੰਦਾ ਸੀ ਹਜ਼ਾਰ 1200 ਰੁਪਇਆ ਉਹਦੇ ਜੇਬ 'ਚ ਪਾ ਦੇਣਾ ਜਦੋਂ ਵੀ ਉਹਨੇ ਫੋਨ ਕਰਨਾ ਮੈਂ ਉਦੋਂ ਖਾਲੀ ਨਹੀਂ ਜੋੜਿਆ ਕਦੇ ਅੱਛਾ ਜੀ ਠੀਕ ਹੈ ਗੱਲ ਦੀ ਇਹ ਵੀ ਜਿਵੇਂ ਹੁਣ ਇੱਕ ਗੀਤ ਸੀ ਉਹਦਾ ਪੱਟੂ ਚਾਰ ਪੰਜ ਕੁੜੀਆਂ ਫਸਾਈ ਫਿਰਦਾ ਉਹਨੇ ਸਿਰ ਭਾਵੇਂ ਕਿਸੇ ਨੇ ਹਵਾ ਦੇਤੀ ਤੇ ਮੇਰਾ ਹਿੱਟ ਗੀਤ ਵੱਜਿਆ ਲੋਕ ਨਿੱਕੇ ਨਿੱਕੇ ਨਿਆਣੇ ਗਾਉਂਦੇ ਫਿਰਦੇ ਉਹ ਕਿਸੇ ਆਰਟਿਸਟ ਤੋਂ ਚੱਕ ਕਰਵਾਤਾ ਉਹਨੇ ਅੱਛਾ ਠੀਕ ਹੈ ਉਹਨੇ ਉਹਨੂੰ ਆਨਾ ਵੀ ਨਹੀਂ ਦਿੱਤਾ ਮੁੜ ਕੇ ਬਦਲ ਵੀ ਗਿਆ ਉਹ ਕੁਛ ਨਹੀਂ ਦਿੱਤਾ ਉਹਨੇ ਵਾਅਦਾ ਕਰਕੇ ਵੀ ਹਾਲਾਂਕਿ ਮੈਂ ਕਿਹਾ ਵੀ ਤੂੰ ਇਹਨੂੰ ਪੈਸੇ ਤਾਂ ਦੇ ਦਿੰਦਾ ਯਾਰ ਚੱਲ ਗਰੀਬ ਆਦਮੀ ਆ ਨਹੀਂ ਉਹਨੇ ਗਾਣਾ ਖਰਾਬ ਕਰਵਾਤਾ ਮੇਰਾ ਅੱਛਾ ਚੱਲ ਫਿਰ ਵੀ ਉਹ ਗਾਣਾ ਲੋਕ ਅਜੇ ਵੀ ਸਾਡਾ ਹੀ ਮੰਨਦੇ ਆ ਉਹਦਾ ਨਹੀਂ ਮੰਨਦੇ ਨਹੀਂ ਮੰਨਦੇ ਬਿਲਕੁਲ ਠੀਕ ਹੈ ਠੀਕ ਹੈ ਕਹਿਣ ਤੋਂ ਮਤਲਬ ਸਾਡੀ ਤਗੜੀ ਸਟਾਰ ਸੀ ਉਹ ਜੀ ਨੇ ਗਾਇਆ ਮਿਸ ਪੂਜਾ ਜੀ ਨੇ ਨਿਰਮਲ ਸਿੱਧੂ ਜੀ ਨੇ ਗਾਇਆ ਲੇਕਿਨ ਉਹ ਲੋਕ ਸਾਡਾ ਮੰਨਦੇ ਆ ਕਿਉਂਕਿ ਗਾਇਆ ਸਾਡਾ ਹਿੱਟ ਹੋਇਆ ਸੀ ਅੱਛਾ ਦੂਜਾ ਰਹਿ ਗਿਆ ਇਹ ਰਨ ਬੋਤਲ ਵਰਗੀ ਉਹ ਚੱਕ ਕੇ ਪੋਗੋਏ ਵੱਟੇ ਉਦੋਂ ਦਲਗੁਰੂ ਵੀ ਪੈਂਦਾ ਸੀ ਪੋਗੋਏ ਵੱਟੇ ਉਹਨੂੰ ਫੜਾਤਾ ਉਹ ਗਾਣਾ ਮੇਰਾ ਗਵਾ ਕੇ ਰੱਖਦਾ ਉਹ ਹਾਲਾਂਕਿ ਡੀਜਾਂ 'ਚ ਵੇਖੋ ਵੱਜਦਾ ਲੇਕਿਨ ਲੋਕ ਤਾਂ ਇਹ ਜਾਣਦੇ ਵੀ ਇਹ ਕਰਤਾਰਾ ਮੇਰੇ ਦਾ ਗਾਣਾ ਬਿਲਕੁਲ ਠੀਕ ਮਤਲਬ ਉਹ ਧੱਕਾ ਕਰਦਾ ਰਿਹਾ ਇਸ ਕਰਕੇ ਫਿਰ ਮੈਨੂੰ ਪਾਸਾ ਵੱਟਣਾ ਪਿਆ ਵੀ ਜਦੋਂ ਇੱਕ ਬੰਦਾ ਇਹ ਨਹੀਂ ਸੋਚਦਾ ਵੀ ਕਰਤਾਰਾ ਮੇਰੇ ਨਾਲ ਜੁੜਿਆ ਆਰਟਿਸਟ ਹੈ ਹੈ ਉਸ ਬੰਦੇ ਨੇ ਮੇਰੇ ਹਰ ਗੱਲ ਮੰਨਦਾ ਵੀ ਰਿਹਾ ਠੀਕ ਹੈ ਹੁਣ ਗਾਹ ਗੱਲ ਕੁਛ ਮੇਰਾ ਕਰਨ ਨੂੰ ਜੀ ਨਹੀਂ ਨਾ ਕਰਦਾ ਅਤੇ ਹਾਲਾਂਕਿ ਮੈਂ ਉਹਦੀ ਮਦਦ ਪੂਰੀ ਕਰਦਾ ਰਿਹਾ ਫਿਰ ਹਾਰ ਕੇ ਮੈਂ ਪਾਸਾ ਵੱਟਿਆ ਉਸ ਤੋਂ ਬਾਅਦ ਫਿਰ ਮੈਂ ਪੁੱਛਿਆ ਨੀਗਾ ਵੀ ਜਦੋਂ ਮੇਰੇ ਨਾਲ ਧੱਕਾ ਕਰਦਾ ਫਿਰ ਮੈਂ ਕੀ ਕਰਾਂ ਇਹ ਦੱਸੋ ਵੀ ਹੁਣ ਜਦੋਂ ਜਾਂਦੇ ਜਾਂਦੇ ਕਿਉਂਕਿ ਸਮਾਂ ਜਿਹੜਾ ਉਹ ਸਾਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਕੀ ਕਰਨਾ ਚਾਹੁੰਦੇ ਹੋ ਕੀ ਬਾਕੀ ਰਹਿ ਗਿਆ ਦੁਗਾਣਾ ਗਾਇਕੀ 'ਚ ਬਾਕੀ ਇੱਕ ਦੁਗਾਣਾ ਹੁਣ ਅਸੀਂ ਨਵਾਂ ਆਉਣ ਵਾਲਾ ਜਲਦੀ ਛੱਡਾਂਗੇ ਅੱਛਾ ਰਿਕਾਰਡ ਕਰਕੇ ਉਹ ਹੈ ਸੀਗਾ ਵੀ ਪਿੰਡ ਵਿੱਚ ਫਸ ਗਈ ਵਿਆਹ ਕਰਵਾ ਕੇ ਅਨਪੜ੍ਹ ਟੋਲੇ ਦੇ ਵਿੱਚ ਆ ਕੇ ਹੁਣ ਕੀ ਬਣਦਾ ਚੰਨ ਮੱਖਣਾ ਰੋਜ਼ ਸੋਚਦੀ ਰਹਿੰਦੀ ਆ ਤੇਰੀ ਮਾਂ ਕਹਿੰਦੀ ਅਤਲਾ ਪੈਰੀ ਪਰ ਮੈਂ ਗੁੱਡ ਮਾਰਨਿੰਗ ਕਹਿੰਦੀ ਉਹ ਕਹਿੰਦਾ ਪੜ੍ਹ ਲਿਖ ਕੇ ਕਿਉਂ ਵਿਰਸਾ ਭੁੱਲੀ ਫੈਸ਼ਨ ਉੱਤੇ ਫਿਰਦੀ ਡੁੱਲੀ ਪਾਲਾ ਸੂਟ ਪੰਜਾਬੀ ਨਹੀਂ ਕਿਤੇ ਜੀਨ ਟੋਪ ਬਣੇ ਰਹਿ ਲਿਆ ਕਰ ਬੇਬੇ ਜੀ ਪੈਰੀ ਪੈਨੀ ਆ ਤੇਰਾ ਕੀ ਕਸ ਜੂਗਾ ਕਹਿ ਲਿਆ ਕਰ ਇਹ ਜ਼ਰੂਰ ਕਹਿ ਲਿਆ ਕਰ ਇਹੋ ਜੀ ਮਤ ਜ਼ਰੂਰ ਦੇਣੀ ਚਾਹੀਦੀ ਆ ਹਾਂਜੀ ਇਹ ਗਾਣਾ ਆਪਣਾ ਹੁਣ ਬਸ ਤੁਸੀਂ ਸਮਝ ਲਓ 15-20 ਦਿਨ ਤਾਂ ਜੇ ਮਹੀਨੇ ਬਸ ਚਲੋ ਜੀ ਮੇਰੀ ਹੁਣ ਇੱਕੋ ਬੇਨਤੀ ਹੈ ਜਾਂਦੇ ਜਾਂਦੇ ਵੀ ਤੁਸੀਂ ਸੱਚੀ ਮੁੱਚੀ ਇਹੋ ਜਿਹੀ ਗਾਓ ਜਿਹੜੇ ਬਾਕੀ ਜਿੰਨੀ ਤੁਹਾਡੀ ਉਮਰ ਬਹੁਤ ਲੰਮੀ ਹੋਵੇ ਜਿਹੜੀ ਬਾਕੀ ਉਮਰ ਆ ਉਹ ਤੁਸੀਂ ਸੱਭਿਆਚਾਰ ਬਾਰੇ ਪੰਜਾਬ ਦੀਆਂ ਤਲਖ ਹਕੀਕਤਾਂ ਬਾਰੇ ਧੀਆਂ ਧਿਆਣੀਆਂ ਬਾਰੇ ਆ ਸਾਧਾਂ ਬੂਬਣਿਆਂ ਦੇ ਬਾਰੇ ਇਹੋ ਜਿਹੇ ਗੀਤ ਬਾਰੇ ਤੁਹਾਡੇ ਕੋਲ ਬਾਰੇ ਗੀਤ ਗਾਓ ਸਾਡੇ ਤੋਂ ਅੱਜ ਵੀ ਮੈਟਰ ਜੀ ਆਖੀਰ ਚ ਇਹ ਕਹਿਣਾ ਜਿਹੜੀ ਤੁਸੀਂ ਗੱਲ ਕੀਤੀ ਨਾ ਜਿਹੜੇ ਗੀਤ ਤੁਸੀਂ ਆਪ ਸੁਣੇ ਆ ਸਾਡੇ ਤੋਂ ਰੋਜ਼ ਇਹ ਸੁਣਦੇ ਹੋਰ ਗੀਤ ਅਸੀਂ ਗਾਏ ਨਹੀਂ ਕਦੇ ਬਹੁਤ ਵਧੀਆ ਹੋਰ ਨਹੀਂ ਗੀਤ ਗਾਇਆ ਬਿਲਕੁਲ ਇਹੀ ਸੁਣਦੇ ਆ ਨਸ਼ਿਆਂ ਦੇ ਖਿਲਾਫ ਜਾਂ ਵਿਅੰਗਮਈ ਗੀਤ ਵੀ ਤੁਸੀਂ ਆਹ ਕਿਉਂ ਕੰਮ ਕਰਦੇ ਹੋ ਸਾਡਾ ਮਤਲਬ ਤਾਂ ਇਹ ਹੀ ਹੈ ਵੀ ਉਹਨਾਂ ਗੀਤਾਂ ਨੂੰ ਪਹਿਲੇ ਦਰ 'ਤੇ ਗਾਉਣੇ ਸਾਨੂੰ ਤਾਂ ਹੀ ਜਿੱਥੇ ਉਂਗਲ ਕਰਦੇ ਸੀ ਉੱਥੇ ਅੱਜ ਸਰੋਤਿਆਂ ਨੇ ਸਾਡੇ ਤੋਂ ਉਹ ਮਤਲਬ ਉਹ ਦੂਜਾ ਪਾਸਾ ਤਸਵੀਰ ਦਾ ਆ ਗਿਆ ਵਾਹ ਸਮਝ ਗਏ ਅੱਜ ਸਾਨੂੰ ਉਹੀ ਸਰੋਤੇ ਮਾਨ ਬਖਸ਼ਦੇ ਆ ਸਾਡੇ ਸਿਰ 'ਤੇ ਹੱਥ ਰੱਖਦੇ ਆ ਸਾਡੇ 'ਤੇ ਥਾਪੜਾ ਦਿੰਦੇ ਆ ਵੀ ਨਹੀਂ ਯਾਰ ਸਾਡਾ ਅਸਲ ਜਿਹੜਾ ਸਹੀ ਕਲਚਰ ਤਾਂ ਇਹ ਗਾਉਂਦੇ ਬੰਦੇ ਇਹ ਸਾਨੂੰ ਦਿੰਦੇ ਆ ਹੁਣ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਗੱਲ ਬੇਨਤੀ
ਕਿਵੇਂ ਲੱਗਿਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਗੱਲਬਾਤ ਕਰਕੇ? ਬਹੁਤ ਵਧੀਆ। ਚਾਈਨਾ ਸਾਹਿਬ ਤੇ ਬੀਬਾ ਥਿਨ ਸਾਹਿਬ, ਸਾਨੂੰ ਇੰਨਾ ਚੰਗਾ ਲੱਗਿਆ ਵੀ ਸ਼ਾਇਦ ਕੁਝ ਗੱਲਾਂ ਪਹਿਲੀਆਂ ਇੰਟਰਵਿਊ ਚ ਵੀ ਨਹੀਂ ਕੀਤੀਆਂ ਜਿਹੜੀਆਂ ਅੱਜ ਮਿਲੀਆਂ ਕਹਿਣ ਨੂੰ। ਠੀਕ ਹੈ, ਤੇ ਜਜ਼ਬਾਤ ਆ ਜਿਹੜੇ ਉਹਦਾ ਦਿਲ ਚ ਬਲਬਲੇ ਤਾਂ ਹੋਰ ਵੀ ਹੈ, ਤੇ ਪਰ ਚਲੋ ਟਾਈਮ ਦੀ ਆਗਿਆ ਨਹੀਂ ਤਾਂ ਅਸੀਂ ਇਸ ਗੱਲ ਦਾ ਤੁਹਾਡਾ ਧੰਨਵਾਦ ਕਰਦੇ, ਤੁਹਾਡੀ ਟੀਮ ਦਾ ਔਰ ਇਸ ਚੈਨਲ ਦਾ ਸ਼ੁਕਰੀਆ ਵੀ ਰੱਜ ਕੇ ਪਰਮਾਤਮਾ ਤਰੱਕੀ ਦੇਵੇ ਔਰ ਅੱਗੇ ਵਧੇ ਔਰ ਸਾਡੀ ਪੰਜਾਬੀ ਸੱਭਿਆਚਾਰ ਜਿਹੜਾ ਅੱਗੇ ਲਿਆਉਂਦੇ ਰਹੋ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਅਸੀਂ ਦੁਬਾਰਾ ਕਿਤੇ ਮੌਕਾ ਮਿਲਿਆ ਫਿਰ ਤੋਂ ਤੁਹਾਨੂੰ ਕਸ਼ਟ ਦੇਵਾਂਗੇ, ਫਿਰ ਤੋਂ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਇੱਥੇ ਬੈਠ ਕੇ ਕਰਾਂਗੇ, ਤੇ ਫਿਲਹਾਲ ਦੇ ਲਈ ਹੁਣ ਸਾਨੂੰ ਇਜਾਜ਼ਤ ਦਿਓ ਜੀ। ਤੁਸੀਂ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਪਹੁੰਚਾਇਓ, ਵਟਸਐਪ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ ਜਾਂ ਫਿਰ ਯੂਟਿਊਬ ਤੇ ਜਾ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਫਿਲਹਾਲ ਦੇ ਲਈ ਸਾਨੂੰ ਸਾਰਿਆਂ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਜੀ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ 9 ਅਗਸਤ ਥਰਸਡੇ ਤੋਂ ਆਨਵਰਡਸ। ਹਰ ਰੋਜ਼ ਦੇਖੋ ਪ੍ਰਾਈਮ ਏਸ਼ੀਆ ਟੀਵੀ ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ ਟੀਵੀ ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ ਸ਼ਾਮ 5 ਵਜੇ, ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ ਸ਼ਾਮ 6 ਵਜੇ, ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ, ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ ਚ ਦੱਸਣਗੇ ਸਵਰਨ ਟੈਣਾ, ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਫ੍ਰੀ ਵਿਊ ਚੈਨਲ ਨੰਬਰ 264 ਤੇ 9 ਅਗਸਤ 2018 ਤੋਂ ਆਨਵਰਡਸ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।